ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੂਰੀ ਚਰਾਂ ਦਾ ਜੱਟ ਹੈਗਾ। ਇਸ ਤਰ੍ਹਾਂ ਤੁਹਾਨੂੰ ਮੇਰੀ ਹੋਂਦ ਦਾ ਪਤਾ ਲੱਗਦਾ ਹੈਗਾ। ਜਿਹੜਾ ਆਪਣੀ ਹੋਂਦ ਜਾਣੇ ਉਹਨੂੰ ਹਿੰਦੂ ਕਹੀਦਾ ਹੈਗਾ। ਜਿੱਦਾਂ ਪਿੰਡ 'ਚ ਕੋਈ ਅਣਜਾਣ ਆਦਮੀ ਆਉਂਦਾ ਤੇ ਕਹੀਦਾ ਤਾਂ ਹੁੰਦਾ ਕੌਣ ਹੈ, ਉਹ ਫਿਰ ਆਪਣੀ ਜਾਤੀ ਅਤੇ ਵਾਸੀ ਦੱਸਦਾ ਹੈਗਾ। ਜਿੱਦਾਂ ਮੈਂ ਦੱਸਿਆ ਵੀ ਉਹ ਹੋਂਦ ਹੈਗੀ, ਜਿਹੜਾ ਆਪਣੀ ਹੋਂਦ ਜਾਣੇ ਉਹ ਹਿੰਦੂ ਹੁੰਦਾ ਹੈਗਾ। ਇਹ ਧਰਤੀ ਜਿਹੜੀ ਹਿੰਦੂਆਂ ਦੇ ਰਹਿਣ ਵਾਲੀ, ਜਿਹੜੇ ਪਿਓ ਦੇ ਹੈਗੇ ਨੇ ਪੁੱਤਰ, ਸ਼ੈਤਾਨਾਂ ਦੇ ਪੁੱਤਰ ਲਈ ਨਹੀਂ ਹੈਗੀ। ਜਿਹੜੇ ਆਪਣੀ ਕੌਮ ਸਿੱਖ, ਹਿੰਦੂ ਜਾਂ ਮੁਸਲਿਮ ਜਾਂ ਜੀਊ ਕਹਿੰਦੇ ਨੇ, ਇਹਨਾਂ ਲਈ ਨਹੀਂ ਹੈਗੀ ਧਰਤੀ। ਇਹ ਜੀਊ ਜਿੱਦਾਂ ਹਿੰਦੂ ਹੈਗਾ, ਇੱਕ ਧਾਰਮਿਕ ਜਮਾਤ ਹੈਗੀ, ਇਹਦੇ 'ਚ ਕੋਈ ਵੀ ਜਾ ਸਕਦਾ ਹੈਗਾ। ਲੇਕਿਨ ਇਹਨਾਂ ਯਹੂਦੀਆਂ ਨੇ ਇਹਨੂੰ ਜਿਸਮਾਨੀ ਬਣਾ ਦਿੱਤਾ ਸੀਗਾ। ਜਿੱਦਾਂ ਕਿ ਅੱਜ ਕੱਲ੍ਹ ਹੈਗੇ ਪਗੜੀ 'ਤੇ ਦਾੜੀ ਰੱਖ ਕੇ ਕਹਿੰਦੇ ਅਸੀਂ ਸਿੱਖ ਹੈਗੇ ਹਾਂ, ਸਿੱਖ ਹੁੰਦਾ ਜੇ ਕੁਛ ਸਿੱਖਿਆ ਹੋਵੇ, ਨਹੀਂ ਤਾਂ ਨਾਨਕ ਕਹਿੰਦਾ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗ੍ਰਭ ਕਰਨ ਤੇ ਬਗੈਰ ਫੁੰਡਿਆ ਫਿਰੇ ਤਾਂ ਉਹ ਗੁਣ ਨਾ ਹੋਣ ਸਿੱਖ ਵਾਲੇ, ਉਹ ਅਸਲ ਗਧਾ ਹੁੰਦਾ ਹੈਗਾ। ਇਸੇ ਤਰ੍ਹਾਂ ਜਿਹੜਾ ਖਾਲਸਾ ਹੈਗਾ, ਤੀਜਾ ਪੰਥ ਹੈਗਾ। ਪਹਿਲਾ ਪੰਥ ਹਿੰਦੂ, ਦੂਜਾ ਸਿੱਖ, ਤੀਜਾ ਹੈਗਾ ਖਾਲਸਾ। ਖਾਲਸਾ ਹੁੰਦਾ ਜਿਹੜਾ ਖਾਲਸ, ਤਨ ਮਨ ਜਿਹੜਾ ਨਿਰਮਲ ਹੋਵੇ। ਤਨ ਨਿਰਮਲ ਹੁੰਦਾ ਬਾਣੀ ਵੇਦ ਦੇ ਦਿਲ ਪਾਪ ਤੇ ਜਾ ਬਲਰਾਮ ਜੀਓ, ਅਤੇ ਮਨ ਨਿਰਮਲ ਹੁੰਦਾ ਜਿੱਦਾਂ ਜਿਹੜਾ ਸਤਿਗੁਰੂ ਜਿਵੇਂ ਧੋਵੇ ਉਹਨੂੰ, ਮਨ ਨੂੰ। ਸਤਿਗੁਰੂ ਤੁਹਾਡੇ ਅੰਦਰ ਬੈਠਾ, ਇਹਨੇ ਧੋਣਾ ਤੁਹਾਡਾ ਮਨ, ਕਿਸੇ ਬਾਹਰਲੇ ਨੇ ਨਹੀਂ ਧੋਣਾ। ਸਤਿਗੁਰੂ ਦੀ ਗੱਲ ਸਤਿਗੁਰੂ ਹੀ ਜਾਣੇ, ਜੇ ਅੰਦਰ ਤੁਹਾਡੇ ਸਤਿਗੁਰੂ ਹੈਗਾ ਤਾਂ ਤੁਸੀਂ ਸਤਿਗੁਰੂ ਨਾਨਕ ਨੂੰ ਪਛਾਣ ਸਕਦੇ ਹਾਂ। ਨਹੀਂ ਤਾਂ ਤੁਸੀਂ ਪੈਸਾ ਤਾਂ ਹੈਗਾ ਹੈ, ਮਨਮੁੱਖ ਹੈਗੇ ਹੈ ਤਾਂ ਤੁਸੀਂ ਪੈਸਾ ਹੀ ਪਛਾਣੋਗੇ, ਮਾਮਨ ਜਿਹਨੂੰ ਕਹਿੰਦੇ ਨੇ। ਅਤੇ ਪਹਿਲਾ ਸਤਿਗੁਰੂ ਦੁਨੀਆ ਜੀਜ਼ ਆਇਆ, ਇਹ ਨਾਨਕ ਸੈਕਿੰਡ ਕਮਿੰਗ ਆਫ ਜੀਜ਼ ਹੈਗਾ। ਅਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗੇਗਾ ਜੇ ਤੁਹਾਡੇ 'ਚ ਮਨ ਜਾਗਿਆ ਹੈਗਾ। ਅਤੇ ਚੌਥਾ ਪੰਥ ਹੈਗਾ ਨਿਰਮਲੇ ਸੰਤਾਂ ਦਾ, ਜਿਨ੍ਹਾਂ ਦਾ ਤਖ਼ਤ ਹੈਗਾ ਅਕਾਲ ਪੁਰਖ, ਅਕਾਲ ਤਖ਼ਤ ਜਿਹੜਾ ਅੰਮ੍ਰਿਤਸਰ ਹੈਗਾ। ਅਤੇ ਉੱਥੇ ਅੱਜ ਬੈਠੇ ਨੇ ਬਾਂਦਰ, ਬਨਾਰ ਦੀਆਂ ਟੋਪੀਆਂ ਪਾ ਕੇ। ਜਿਹੜਾ ਅੰਮ੍ਰਿਤਸਰ ਹੈਗਾ ਇਹ ਸਿੱਖ ਭਗਤਾਂ ਅਤੇ ਨਿਰਮਲੇ ਸੰਤਾਂ ਦਾ ਸਥਾਨ ਹੈਗਾ। ਅਤੇ ਸਿੱਖ ਭਗਤਾਂ ਦਾ ਹੈਗਾ ਹਰਿਮੰਦਰ, ਅਤੇ ਨਿਰਮਲੇ ਸੰਤਾਂ ਦਾ ਹੈਗਾ ਅਕਾਲ ਤਖ਼ਤ। ਯਾਦ ਰੱਖੋ ਜਿਵੇਂ ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਘਰ ਆਏ ਅਤੇ ਖੱਤਰੀਆਂ ਨੇ ਦਰਵਾਜ਼ਾ ਬੰਦ ਕਰ ਲਿਆ ਸੀਗਾ, ਉਹ ਬਾਹਰ ਬਹਿ ਕੇ ਚਲੇ ਗਏ ਸੀ। ਕਹਿ ਗਏ ਸੀ ਅੰਮ੍ਰਿਤਸਰੀਏ ਅਤੇ ਅੰਦਰ ਸੜੀਏ। ਇਹ ਅੰਮ੍ਰਿਤਸਰ ਦੇ ਜਿਹੜੇ ਗ੍ਰੰਥੀ ਹੈਗੇ ਨੇ, ਉਹ ਜਿਹੜੇ ਬਨਾਰਸ ਦੇ ਠੱਗ ਹੁੰਦੇ ਸੀ ਨਾ, ਆਪਾਂ ਮਸ਼ਹੂਰ ਹੈਗਾ ਬਨਾਰਸ ਦੇ ਠੱਗ, ਇਹ ਉਹਨਾਂ ਦੇ ਉਸਤਾਦ ਹੈਗੇ ਨੇ। ਅਤੇ ਤੁਹਾਨੂੰ ਉੱਥੋਂ ਕੁਛ ਨਹੀਂ ਮਿਲੇਗਾ, ਮਿਲੇਗਾ ਜੇ ਤੁਸੀਂ ਆਪਣਾ ਅੰਦਰ ਖੋਜੋਗੇ। ਇਹ ਕਿਤਾਬਾਂ 'ਚ ਇਲਮ ਨਹੀਂ ਮਿਲਦਾ, ਕਿਤਾਬਾਂ ਪੜ੍ਹ ਕੇ ਤਾਂ ਆਦਮੀ ਉਹਦਾ ਅੰਨਾ ਬਣ ਜਾਂਦਾ ਹੈਗਾ, ਫਲਾਨੇ ਨੇ ਕਿਹਾ, ਫਲਾਨੇ ਨੇ ਕਿਹਾ, ਅਤੇ ਤੈਂ ਕੀ ਕਿਹਾ, ਆਪ ਨੂੰ ਕੁਛ ਨਹੀਂ ਆਉਂਦਾ, ਇਹਨੂੰ ਅੰਨਾ ਕਹਿੰਦੇ ਮਨ ਦਾ। ਅਤੇ ਇੱਥੇ ਮੈਂ ਕਰ ਰਿਹਾ ਮਾਝ ਮਹੱਲਾ ਪੰਜਵਾਂ, ਸਤਿਗੁਰੂ ਅਰਜਨ ਦੇਵ ਜੀ ਦਾ। ਸਤਿਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਇਹ ਚੌਥੇ ਪਦ ਦੇ ਸੀਗੇ। ਇਹ ਹੈਗਾ ਨਾ ਆਪਣੇ ਹੈਗਾ ਪਹਿਲਾ ਪਦ ਜਿਹੜਾ ਸਤਿਗੁਰੂ ਅੰਗਦ ਦੇਵ ਜੀ ਨੇ ਕੀਤਾ। ਉਹਨਾਂ ਨੇ ਉਹਨਾਂ ਦੀ ਹੋਮੇ ਮਾਰ ਕੇ ਉਹਨਾਂ ਦਾ ਮਨ ਜਗਾਇਆ ਅਤੇ ਉਹਨਾਂ ਨੂੰ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਇਆ। ਸਤਿਗੁਰੂ ਅਮਰਦੇਵ ਦੇ ਹੱਥ ਬਾਲੜੀਆਂ ਆਈਆਂ ਨਵੀਆਂ ਨਵੀਆਂ ਸੁਹਾਗਣਾ। ਉਹਨਾਂ ਨੇ ਕਿਹਾ ਹੁਣ ਤੁਸੀਂ ਪਾਰ ਬ੍ਰਹਮ ਦੀ ਮਾਇਆ ਲੁੱਟੋ, ਦੁਨਿਆਵੀ ਮਾਇਆ ਵੱਲ ਨਾ ਜਾਓ। ਉਹਨਾਂ ਨੇ ਉਹਨਾਂ ਦੀ ਦੁਬਧਾ ਪੰਨੀ, ਦੁਬਧਾ ਬਣ ਕੇ ਉਹਨਾਂ ਨੂੰ ਗੁਰਮੁਖ ਬਣਾਇਆ ਅਤੇ ਉਹਨਾਂ ਨੂੰ ਸਤਿਗੁਰੂ ਰਾਮਦਾਸ ਜੀ ਦੇ ਹੱਥ ਫੜਾਇਆ। ਅਤੇ ਉਹਨਾਂ ਨੇ ਫਿਰ ਕਿਹਾ ਹੁਣ ਤੁਸੀਂ ਇੱਥੇ ਪਹੁੰਚਣਾ ਹੈਗਾ, ਇੱਥੇ ਕਹਿੰਦੇ ਸਾਧੂ, ਸਾਧੂ ਆਪਣਾ ਮਾਇਆ ਮੁਇਆ ਸਭ ਤਿਆਗ ਦਿੰਦੇ ਨੇ,
ਮਾਇਆ ਜਿਹੜੀ ਹੈਗੀ ਕਾਲਕ ਹੈਗੀ ਅਤੇ ਇਸ ਕਰਕੇ ਇਹ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਕੋਲ ਇਹ ਨਾਮ ਹੁੰਦਾ ਹੈਗਾ। ਤਦੇ ਜੀਜੇ ਦੇ ਜਦੋਂ ਪਹਿਲੇ ਬਣੇ ਸੀ ਨਾ ਪ੍ਰਚਾਰਕ, ਉਹਨਾਂ ਨੇ ਘਰ ਬਾਰ ਵੇਚ ਦਿੱਤਾ ਸੀਗਾ, ਘਰ ਬਾਰ ਵੇਚ ਕੇ ਐਨ ਮਾਇਆ ਤੋਂ ਰਹਿਤ ਹੋ ਕੇ ਜਿੱਦਾਂ ਸਾਧੂ ਹੁੰਦੇ ਨਾ, ਮਿਰਚਾਂ ਦੇ ਡੇਕ ਉਹਨਾਂ ਦਾ ਸੀਗਾ, ਉਹਨਾਂ ਦੇ ਸਾਧੂ ਬਣ ਕੇ ਉਹਨਾਂ ਨੇ ਫਿਰ ਇਹ ਪ੍ਰਚਾਰ ਇਹ ਨਾਮ ਪਾਇਆ ਸੀਗਾ। ਇਸ ਕਰਕੇ ਸਤਿਗੁਰੂ ਰਾਮਦਾਸ ਜੀ ਕਹਿੰਦੇ ਹੁਣ ਤੁਸੀਂ ਸਾਧੂਆਂ ਨੂੰ ਜੇ ਜਾਓ ਉਹਨਾਂ ਕੋਲ ਮਿਲੇਗਾ ਨਾਮ। ਫਿਰ ਉਹਨਾਂ ਨੇ ਕਿਹਾ ਮਨਮੁੱਖ ਜਿਹੜੇ ਨੇ ਉਹਨਾਂ ਨਾਲ ਨਾ ਜਿਹੜੇ ਆ ਪਾ ਕੇ ਭਗਵੇਂ ਕੱਪੜੇ ਵਗੈਰਾ ਆ ਜਾਂਦੇ ਨਾ ਜਿਹੜੇ ਪਖੰਡੀ, ਉਹਨਾਂ ਤੋਂ ਬਚ ਕੇ ਰਹੋ। ਅਤੇ ਇਹ ਸਤਿਗੁਰੂ ਹੈਗੇ ਨੇ ਅਰਜਨ ਦੇਵ ਜੀ ਜਿਹੜੇ ਚੌਥੇ ਪਦ ਦੇ ਹੈਗੇ ਨੇ, ਜਿਹੜੇ ਆਪਣੇ ਭਗਤ ਕਬੀਰ ਜੀ ਵੀ ਕਹਿੰਦੇ ਚੌਥੇ ਪਦ ਮੇਰਾ ਹੈਗਾ ਹੁਣ ਬਸ, ਇਹ ਉਹ ਪਦ ਹੈਗਾ ਜਿਹੜੇ ਭਗਤ ਹੁੰਦੇ ਸਾਰੇ ਇੱਥੇ ਹੁੰਦੇ ਨੇ, ਇੱਕ ਮਿੱਕ ਹੁੰਦੇ ਪਾਰ ਬ੍ਰਹਮ ਦੇ, ਪਾਰ ਬ੍ਰਹਮ ਦੇ ਪੁੱਤਰ ਹੁੰਦੇ ਨੇ, ਉਹਦੀ ਰੋਸ਼ਨੀ ਦਿੰਦੇ ਨੇ। ਇਹ ਸਤਿਗੁਰੂ ਅਰਜਨ ਦੇਵ ਜੀ ਸੀਗੇ ਅਤੇ ਇਹਨਾਂ ਨੇ ਨਾਮ ਦਾ ਖੰਡਾ ਤਿਆਰ ਕਰਕੇ ਸਤਿਗੁਰੂ ਛੇਵਾਂ ਸਤਿਗੁਰੂ ਤੇਗ ਬਹਾਦਰ ਜੀ ਸੀਗਾ, ਚਾਰ ਸੱਚੇ ਪਾਤਸ਼ਾਹ ਹੋਏ ਨੇ, ਹਰਗੋਬਿੰਦ ਜੀ ਸੱਚੇ ਪਾਤਸ਼ਾਹ ਸਨ, ਹਰ ਰਾਏ ਸੱਚੇ ਪਾਤਸ਼ਾਹ, ਫਿਰ ਹਰ ਕ੍ਰਿਸ਼ਨ ਸੱਚੇ ਪਾਤਸ਼ਾਹ, ਫਿਰ ਸਤਿਗੁਰੂ ਤੇਗ ਬਹਾਦਰ ਜੀ, ਫਿਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ। ਸੱਚੇ ਪਾਤਸ਼ਾਹ ਉੱਚਾ ਹੁੰਦਾ ਹੈਗਾ, ਸਤਿਗੁਰੂ ਤੋਂ ਵੱਡਾ ਹੁੰਦਾ ਹੈਗਾ। ਅਤੇ ਇਹ ਜਿਹੜਾ ਅਕਾਲ ਤਖ਼ਤ ਹੈਗਾ ਇਹ ਸਾਰਿਆਂ ਨੂੰ ਦੁਨੀਆਂ 'ਚ ਹੈਗਾ ਪਵਿੱਤਰ ਸਥਾਨ ਹੈਗਾ। ਪਹਿਲਾਂ ਇਹ ਜਰੂਸਲਮ ਹੁੰਦਾ ਸੀ ਹਰਿਮੰਦਰ, ਉਹ ਪਵਿੱਤਰ ਹੁੰਦਾ ਸੀ ਸਾਰੀ ਦੁਨੀਆਂ 'ਚ, ਅੱਜ ਇਹ ਹੈਗਾ ਅੰਮ੍ਰਿਤਸਰ ਪਵਿੱਤਰ ਹੈਗਾ। ਅਤੇ ਇੱਥੇ ਦੇ ਜਿਹੜੇ ਠੱਗ ਹੈਗੇ ਨੇ, ਉੱਥੇ ਦੇ ਠੱਗ ਸੀਗੇ ਬੱਚੇ, ਉਹਨਾਂ ਨੂੰ ਕਹਿੰਦੇ ਸੀ ਪ੍ਰਿੰਸਿਸ ਆਫ ਡਾਰਕਨੈਸ, ਇਹ ਹੈਗੇ ਕਿੰਗਸ ਅਤੇ ਐਮਪਰਰਸ ਆਫ ਡਾਰਕਨੈਸ, ਖਾਸ ਕਰਕੇ ਕਸ਼ਮੀਰ ਦੇ ਜਿਹੜੇ ਸੀਗੇ ਖੱਤਰੀ ਜਾਂ ਬ੍ਰਾਹਮਣ ਸੀਗੇ, ਉਹ ਜਦੋਂ ਮੁਹੰਮਦਨ ਬਣੇ ਉਹਨਾਂ ਨੇ ਬੜੀ ਅਤਿਆ ਚੁੱਕੀ ਸੀਗੀ। ਇਸ ਕਲਯੁਗ ਵਿੱਚ ਅਪਰਚੂਨਿਸਟ ਜਿਹੜੇ ਨੇ ਉਹ ਦੁਨੀਆਂ ਨੂੰ ਖਰਾਬ ਕਰਦੇ ਨੇ, ਅਪਰਚੂਨਿਸਟ। ਅਤੇ ਖੱਤਰੀ ਇੱਕ ਨੰਬਰ ਦੇ ਅਪਰਚੂਨਿਸਟ ਹੈਗੇ ਨੇ, ਖੂਨ ਪੀਸਣੇ ਹੈਗੇ ਨੇ। ਭਾਈ ਲਾਲੋ ਜੀ ਦੀ ਰੋਟੀ 'ਚ ਦੁੱਧ ਨਿਕਲਿਆ ਸੀ, ਉਹਦਾ ਦੀਵਾਨ ਜਿਹੜਾ ਖੂਨ ਪੀਸਦਾ ਸੀਗਾ ਉਹਦੇ 'ਚ ਖੂਨ ਨਿਕਲਿਆ ਸੀਗਾ। ਜੇ ਇਹਨਾਂ ਦਾ ਰਾਜ ਹੁੰਦਾ ਖੱਤਰੀਆਂ ਦਾ, ਕਲਯੁਗ ਖੱਤਰੀਆਂ ਦਾ ਹੈਗਾ, ਜੇ ਇਹ ਰਾਜ ਕਰਦੇ ਹੁੰਦੇ ਤਾਂ ਲੋਕਾਂ ਦਾ ਖੂਨ ਪੀਸ ਜਾਣਾ ਸੀ ਇਹਨਾਂ ਨੇ। ਤਦੇ ਪਾਰ ਬ੍ਰਹਮ ਉਹਨਾਂ ਨੂੰ ਕਰਦਾ ਰਾਜ ਕਰਨ ਲਈ ਜਿਹਨਾਂ ਦੇ ਦਿਲ ਸਾਫ਼ ਹੈਗੇ ਨੇ। ਪਹਿਲਾਂ ਮੁਗਲ ਸੀਗੇ, ਮੁਗਲਾਂ ਦਾ ਜਦੋਂ ਦਿਲ ਖਰਾਬ ਹੋ ਗਿਆ ਔਰੰਗਜ਼ੇਬ ਵੇਲੇ, ਫਿਰ ਉਹਦਾ ਤਖ਼ਤਾ ਉਲਟ ਗਿਆ, ਫਿਰ ਇਹ ਅੰਗਰੇਜ਼ ਆਏ ਅਤੇ ਅੰਗਰੇਜ਼ਾਂ ਨੇ ਵੀ ਜਦੋਂ ਦਿਲ ਖਰਾਬ ਹੋ ਗਿਆ ਕਿ ਉਹ ਜਿਹੜੇ ਲੋਕਲ ਲੋਕ ਹੈ ਉਹਨਾਂ ਦੇ ਦਿਲ ਖਰਾਬ ਨੇ, ਉਹਨਾਂ ਨੂੰ ਉਹ ਵੀ ਖਰਾਬ ਕਰ ਦਿੰਦੇ ਨੇ ਜਿਹੜੇ ਸੱਚੇ ਦਿਲ ਵਾਲੇ ਹੁੰਦੇ ਨੇ। ਅਤੇ ਫਿਰ ਇਹ ਆਏ, ਇਹਨਾਂ ਦਾ ਵੀ ਹੁਣ ਤਾਂ ਕਲਯੁਗ ਦਾ ਅਖੀਰ ਹੈਗਾ, ਇਹਦੇ 'ਚ ਹੈਗਾ ਵੀ ਹਰ ਇੱਕ ਮੁਲਕ ਆਪਣਾ ਆਪਣਾ ਸਾਂਭੇਗਾ, ਹੁਣ ਜਿੱਦਾਂ ਦੀ ਨੀਅਤ ਉੱਦਾਂ ਦਾ ਫਲ ਮਿਲੇਗਾ ਉਹਨਾਂ ਨੂੰ। ਚਲੋ ਇਹ ਪ੍ਰਚਾਰ ਕਰਕੇ ਮੈਂ ਦੂਜਾ ਸ਼ੁਰੂ ਕਰਦਾ ਹੈ, ਉਹ ਸੋ ਸੱਚ ਮੰਦਰ, ਸੱਚ ਮੰਦਰ ਹੁੰਦਾ ਜਿੱਥੋਂ ਸੱਚ ਦਾ ਪ੍ਰਕਾਸ਼ ਹੁੰਦਾ ਹੈਗਾ, ਪਾਰ ਬ੍ਰਹਮ ਦੀ ਮਾਇਆ ਦਾ ਪ੍ਰਕਾਸ਼ ਹੁੰਦਾ ਹੈਗਾ। ਸੱਤ ਜਿਹਨੂੰ ਕਹਿੰਦੇ ਨੇ, ਰਾਮ ਰਾਮ ਸੱਤ ਹੈ ਉਹ ਰਾਮ ਜਿਹੜਾ ਅੰਦਰ ਬੁਲਾਉਂਦਾ ਹੈਗਾ। ਫਿਰ ਸੋ ਸੱਚ ਮੰਦਰ ਜਿੱਤ ਸੱਚ ਦਿਆਏ, ਜਿਹੜਾ ਆਦਮੀ ਸੱਚ ਨੂੰ ਦਿਆਉਂਦਾ ਹੈਗਾ ਉਹ ਉਹਦਾ ਮੰਦਰ ਹੈਗਾ, ਉਹ ਪੁਜਾਰੀ ਹੈਗਾ ਉਹਦਾ। ਪੁਜਾਰੀ ਨੂੰ ਇਹਦੇ ਚ ਕ੍ਰਿਸਚੀਅਨਿਟੀ ਕਹਿੰਦੇ ਰੋਇਲ ਪ੍ਰੀਸਟ, ਤੇ ਆਪਣੇ ਕਹਿੰਦੇ ਨੇ ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ। ਇਹ ਹਰਿਮੰਦਰ ਹੈਗਾ, ਹਰਿਮੰਦਰ ਦਾ ਜੇ ਕਿ ਹਰ ਰਹਿੰਦਾ ਹੈਗਾ, ਹਰ ਰਹਿੰਦਾ ਹਰੀ ਨਹੀਂ। ਆ ਜਿਹੜਾ ਹੈਗਾ ਟੀਕਾ ਕੀਤਾ ਜਾਂਦੇ ਕੀ ਇਹਦਾ ਨਾਂ ਹੈਗਾ, ਤੇ ਇਹ ਇਹ ਹਰੀ ਕਹੀ ਜਾਂਦਾ ਹੈਗਾ ਉਹਨੂੰ। ਇਹ ਖੱਤਰੀ ਹੈਗੇ ਨੇ ਪੈਸੇ ਦੀ ਕਾਲਕੁਲੇਟ ਕਰਦੇ ਨੇ ਕੰਮ, ਜਿਹੜਾ ਪੈਸੇ ਦੀ ਕੰਮ ਕਰੇਗਾ ਉਹਨੂੰ ਉਹਨੂੰ ਨਾਮ ਨਹੀਂ ਮਿਲੇਗਾ। ਜਿਹਨੇ ਨਾਮ ਲੈਣਾ ਹੈਗਾ ਉਹ ਪੈਸਾ ਨਹੀਂ, ਪੈਸੇ ਨੂੰ ਹੱਥ ਨਹੀਂ ਲਾਉਂਦਾ। ਅੱਜ ਕੱਲ੍ਹ ਵੀ ਹੈਗੇ ਸਤਸੰਗੀ ਗੁਰਦੁਆਰਿਆਂ 'ਚ ਜਿਹੜਾ ਪੈਸੇ ਨੂੰ ਹੱਥ ਨਹੀਂ ਲਾਉਂਦੇ, ਪੈਸਾ ਚੜ੍ਹਦਾ ਹੈਗਾ ਉਹਨਾਂ ਦੇ ਉਹ ਨਹੀਂ ਚੱਕਦੇ ਉਹਨੂੰ,
ਉਹ ਗੁਰਦੁਆਰੇ ਨੂੰ ਦੇ ਦਿੰਦੇ ਨੇ। ਇੱਦਾਂ ਦੇ ਆਦਮੀ ਜਿਹੜੇ ਨੇ ਉਹ ਨਾਮ ਪਾਉਣਗੇ, ਉਹ ਨਹੀਂ ਜਿਹੜੇ ਕਿ ਲੋਕਾਂ ਦੇ ਬੋਝਿਆਂ 'ਚ ਪੈਸੇ ਕਢਾਉਣ ਲਈ ਅਤੇ ਵੱਖਰੀਆਂ ਵੱਖਰੀਆਂ ਕਹਾਣੀਆਂ ਸੁਣਾਉਣ ਲੱਗ ਪੈਂਦੇ ਨੇ, ਜਿਹਦੇ ਨਾਲ ਲੋਕਾਂ ਦਾ ਦਿਲ ਮੋਹ ਲੈਂਦੇ ਨੇ। ਉਹ ਫਿਰ ਆਪਣਾ ਪੈਸੇ ਕੱਢ ਕੱਢ ਕੇ ਦੇਈ ਜਾਂਦੇ ਨੇ, ਕਈ ਤਾਂ ਆਪਣਾ ਹਾਰ ਸੋਨੇ ਦਾ ਵੀ ਹਾਰ ਚੜ੍ਹਾ ਦਿੰਦੇ ਨੇ। ਜਿੱਦਾਂ ਹਰਿਮੰਦਰ ਦੇ 'ਚ ਗੋਲੀਆਂ ਗਾਲੀਆਂ ਲੱਗੀਆਂ ਸੀ, ਇਹ ਜਿਹੜਾ ਭਿੰਡਰਾਂ ਵਾਲਾ ਸੀਗਾ, ਨਾ ਸਿੱਖ ਸੀਗਾ ਨਾ ਖਾਲਸਾ ਸੀ। ਇੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨਹੀਂ ਆਏ, ਕੋਈ ਇਹਨਾਂ ਦਾ ਕਰੂਰਾ ਨਹੀਂ ਰਲਦਾ, ਨਾ ਸਿੱਖ ਨਾਲ ਰਲਦਾ ਕਰੂਰਾ ਖਾਲਸੇ ਦਾ। ਉਹਨੇ ਇੱਕ ਚਪੇੜ ਮਾਰਨੀ ਅਤੇ ਦੂਆ ਕਰਨਾ ਉਹਨੇ ਮੂੰਹ। ਜਿੱਦਾਂ ਭਾਈ ਘਨੱਈਆ ਜੀ ਸੀਗੇ, ਸੇਵਾ ਕਰਦੇ ਸੀਗੇ, ਉਹ ਸਿੱਖ ਸੀਗੇ, ਖਾਲਸਾ ਆਪਣੇ ਵੱਡਣ ਵਢਾਈ ਦਾ ਕਰੀ ਜਾਂਦਾ ਸੀਗਾ, ਕਰੂਰਾ ਨਹੀਂ ਰਲਦਾ ਉਹਨਾਂ ਦਾ, ਅਤੇ ਨਾ ਉਹਨਾਂ ਨਿਰਮਲ ਸੰਤਾਂ ਨਾਲ ਰਲਦਾ। ਉਹਨਾਂ ਨੇ ਨਾਮ ਦਾ ਖੰਡਾ ਚਲਾਉਣਾ ਹੈਗਾ, ਉਹਨਾਂ ਨੇ ਲੋਹੇ ਦਾ ਖੰਡਾ ਚਲਾਉਣਾ ਹੈਗਾ, ਅਤੇ ਇਸ ਕਰਕੇ ਇਸੇ ਨਹੀਂ ਆਏ। ਅਤੇ ਭਿੰਡਰਾਂ ਵਾਲਾ ਕੀ ਕਰਦਾ ਸੀ ਉੱਥੇ, ਇਹ ਨਾ ਸਿੱਖ ਸੀਗਾ ਨਾ ਖਾਲਸਾ। ਇਹ ਜਿਹੜੇ ਲੈ ਕੇ ਜਾਂਦੇ ਉੱਥੇ ਕਿਰਪਾਨਾ ਭੁੱਕਰ ਭੂਨਾ ਪਾ ਕੇ ਅਤੇ ਡਹੇ ਪਾ ਕੇ ਆਪਣੇ ਗਲੇ 'ਚ, ਇਹ ਹੈਗੇ ਨੇ ਗਧੇ ਖਾਲਸੇ। ਜਦੋਂ ਖਾਲਸਾ ਸਜਾਇਆ ਸੀ, ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀ, ਇੱਕ ਦਾ ਸਿਰ ਅਤੇ ਦੂਜੇ ਦਾ ਧੜ ਸੀਤਾ ਸੀ, ਫਿਰ ਕਿਹਦੇ ਘਰ ਜਾਣਗੇ। ਇਹ ਜਿਹੜੇ ਖਾਲਸੇ ਬਣੇ ਹੋਏ ਨੇ ਗੁਰਦੁਆਰੇ 'ਚ ਆਪਣੇ ਛੱਕ ਛੁੱਕੇ ਆ ਜਾਂਦੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਗੁਰਦੁਆਰਾ ਦੂਜੇ ਪੰਥ ਦਾ ਘਰ ਹੈਗਾ, ਤੀਜੇ ਦਾ ਨਹੀਂ ਹੈਗਾ। ਤੀਜੇ ਦੇ ਹੈਗੇ ਤਖ਼ਤ ਹੈਗੇ ਨੇ ਸਿਰੋਂ, ਉੱਥੇ ਅਮਲ ਛੱਕੀਦਾ ਹੈਗਾ, ਫਿਰ ਉੱਥੇ ਹੀ ਰਹੀਦਾ ਹੈਗਾ, ਇਹ ਨਹੀਂ ਘਰ ਨੂੰ ਨਹੀਂ ਵਾਪਸ ਆ ਸਕਦਾ ਆਦਮੀ। ਕਿਹਦੇ ਘਰ ਜਾਏਗਾ, ਸਿਰ ਵਾਲੇ ਕਿ ਅਤੇ ਤੁਹਾਡਾ ਲੈ ਦੇ? ਇਹਨੇ ਹੈਗੇ ਨੇ ਉਤਸ਼ਾਹ ਬਹੁਤ ਹੈਗੀ, ਲੇਕਿਨ ਮੂਰਖ ਹੈਗੇ ਨੇ। ਸੋ ਸੱਚ ਮੰਦਰ ਜਿੱਤ ਸੱਚ ਧਿਆਏ, ਜਿਹੜਾ ਆਦਮੀ ਸੱਚ ਧਿਆਉਂਦਾ ਅੰਦਰ, ਪਿਆਰ ਕਰਦਾ ਸੱਚ ਨਾਲ, ਸੱਚ ਨਾਲ ਪਿਆਰ ਤਦੇ ਕਰੋਗੇ ਤੁਸੀਂ ਜੇ ਠੱਗੋਗੇ ਨਾ ਲੋਕਾਂ ਨੂੰ। ਆਹ ਜਿਹੜੇ ਹੈਗੇ ਨੇ ਗ੍ਰੰਥੀ ਵਗੈਰਾ ਹੈਗੇ ਜਾਂ ਹੋਰ ਹੈਗੇ ਨੇ, ਇਹ ਮਨਮੁੱਖ ਹੈਗੇ ਨੇ, ਇਹਨਾਂ ਇਹਨਾਂ ਕੋਲ ਸੱਚ ਕਿੱਥੇ ਹੈਗਾ? ਇਹ ਸੱਚ ਤੁਹਾਨੂੰ ਕੀ ਦੱਸਣਗੇ? ਤੁਸੀਂ ਉਹ ਜਿਹੜਾ ਬਣਾ ਕੇ ਗੁਰਦੁਆਰਾ, ਕਈ ਕਰੋੜਪਤੀ ਪੈਸਾ ਲਾਉਂਦੇ ਹੋ ਉੱਪਰ, ਉੱਤੇ ਬਿਠਾ ਦਿੰਦੇ ਹਾਂ ਇੱਕ ਗ੍ਰੰਥੀ ਮਨਮੁੱਖ, ਉਹ ਤੁਹਾਨੂੰ ਕਿੱਥੇ ਲੈ ਜਾਏਗਾ? ਇਸ ਕਰਕੇ ਜਿਹੜਾ ਪਾਠ ਪੂਠ ਕਰਨਾ ਹੁੰਦਾ ਉਹ ਆਦਮੀ ਕਰੇ ਜਿਹੜਾ ਕਿ ਜਿਹਨੂੰ ਪੈਸੇ ਦੇ ਲਾਲਚ ਨਹੀਂ ਹੈਗਾ, ਉਹਨੂੰ ਤ੍ਰਿਸ਼ਨਾ ਨਹੀਂ ਜਿਹਦੇ 'ਚ ਦਿਲ ਨਹੀਂ ਸੀਗੀ, ਉਹ ਕਰੇ। ਉਹ ਤੁਹਾਨੂੰ ਦੱਸੇਗਾ ਆਪਣੇ ਸੱਚ ਦਾ ਕੁਛ ਤਰੀਕਾ। ਉਹ ਆਦਮੀ ਹੁੰਦਾ ਉਹ ਸੱਚ ਧਿਆਏ ਜਿਹੜਾ, ਉਹਨੂੰ ਗੁਰ ਭਗਤ ਕਹੀਦਾ ਹੈਗਾ। ਸੋ ਰਿਦਾ ਸੁਹੇਲਾ, ਉਹ ਦਿਲ ਸੁਹੇਲਾ ਹੈਗਾ, ਬਹੁਤ ਆਪਣੇ ਖੁਸ਼ ਹੈਗਾ, ਇਹਨੂੰ ਗੁੱਡ ਨਿਊਜ਼ ਕਹਿੰਦੇ ਨਾ ਗੋਸਪਲ। ਸੁਹੇਲਾ ਜਿੱਤ ਹਰ ਗੁਣ ਗਾਈਏ, ਜਿਹੜਾ ਕਿ ਹਰ ਦੇ ਗੁਣ ਗਾਉਂਦਾ ਹੈਗਾ, ਜੇ ਉਹਨੂੰ ਉਹਦੇ ਅੰਦਰ ਹਰ ਦਾ ਪਿਆਰ ਹੈਗਾ, ਪ੍ਰੇਮ ਹੈਗਾ, ਉਹਦੇ ਨਾਲ ਪ੍ਰੇਮ ਹੁੰਦਾ, ਇਹਨੂੰ ਅੱਗੇ ਪੇ ਨੂੰ ਪ੍ਰੇਮ ਕਹਿੰਦੇ ਨੇ, ਅਤੇ ਐਰੋਜ ਨੂੰ ਕਹਿੰਦੇ ਨੇ ਪਿਆਰ। ਪਿਆਰ ਹੁੰਦਾ ਆਪਣੇ ਰਿਸ਼ਤੇਦਾਰਾਂ 'ਚ, ਅਤੇ ਪ੍ਰੇਮ ਹੁੰਦਾ ਹੈਗਾ ਭਗਤਾਂ 'ਚ। ਗਾਈਏ ਸਾਹ ਦਰਦ ਸੁਹਾਵੀ, ਉਹ ਜਗ੍ਹਾ ਸੁਹਾਵੀ ਜਿੱਤ ਵਸੇ ਹਰ ਜਨ, ਸੱਚੇ ਨਾਮ ਵਟੋ ਕੁਰਬਾਨੋ ਜਾਈ ਜਾਓ ਜੀਓ। ਉਹ ਧਰਤੀ ਹੈਗੀ ਸੁਹਾਵੀ ਜਿੱਥੇ ਉਹਦਾ ਹਰ ਜਨ ਹੁੰਦਾ ਪੁੱਤਰ, ਜਿੱਥੇ ਹਰ ਦਾ ਪੁੱਤਰ ਜਿਹੜਾ ਉਹਦਾ ਨਿਸ਼ਾਨ ਹੈਗਾ, ਪੁੱਤਰ ਨਿਸ਼ਾਨ ਹੁੰਦਾ ਹੈਗਾ, ਅਤੇ ਉਹ ਜਿਹੜਾ ਹਰ ਦਾ ਪੁੱਤਰ ਹੁੰਦਾ ਭਗਤ ਹੁੰਦੇ ਨੇ, ਉਹਦੇ ਗੁਣ ਗਾਉਂਦੇ ਨੇ, ਉਹਦੀ ਆਵਾਜ਼ ਤੁਹਾਨੂੰ ਸੁਣਾਉਂਦੇ ਨੇ। ਆਹ ਜਿਹੜੇ ਕਰਦੇ ਨਾ ਤੇਰੇ ਮੈਂ ਕਰ ਦਿੰਦਾ ਆਪਣੇ ਪ੍ਰਾਰਥਨਾ ਵਗੈਰਾ, ਇਹ ਜਿਹੜੀ ਪ੍ਰਾਰਥਨਾ ਉਹਨੂੰ ਪ੍ਰਾਰਥਨਾ ਨਹੀਂ ਸੁਣਦੀ, ਪਰ ਬ੍ਰਹਮ ਨੂੰ, ਉਹਨੂੰ ਤਾਂ ਉਹਦਾ ਨਾਮ ਸੁਣਦਾ ਹੈਗਾ। ਇਹ ਸਾਰੇ ਠੱਗੂ ਹੈਗੇ ਨੇ ਜਿਹੜੀ ਗੁਰਦੁਆਰਿਆਂ 'ਚ ਕਰਾ ਅਰਦਾਸ ਇਹਨੂੰ ਕਹਿੰਦੇ ਨੇ, ਅਰਦਾਸ ਜਾਂ ਪ੍ਰੇਅਰ, ਉਹਨੂੰ ਨਹੀਂ ਪਤਾ, ਉਹਨੂੰ ਨਹੀਂ ਸੁਣਦੀ, ਉਹਨੂੰ ਤਾਂ ਉਹਦਾ ਨਾਮ ਹੀ ਸੁਣਦਾ ਹੈਗਾ। ਜਿੱਦਾਂ ਮੈਨੂੰ ਬੁਲਾਉਣਾ ਹੋਵੇ ਤਾਂ ਮੇਰਾ ਨਾਂ ਰਜਿੰਦਰ ਹੈਗਾ, ਅਤੇ ਜੇ ਕੋਈ ਰਜਿੰਦਰ ਕਹੇਗਾ ਤਾਂ ਮੈਂ ਬੋਲਾਂਗਾ, ਜੇ ਕੋਈ ਹੋਰ ਇੱਕ ਨਾਂ ਬੋਲੀ ਜਾਵੇ ਤਾਂ ਮੈਨੂੰ ਕੀ ਪਤਾ। ਇਸੇ ਤਰ੍ਹਾਂ ਪਰਬ੍ਰਹਮ ਦਾ ਵੀ ਜਿਹੜਾ ਨਾਮ ਹੈਗਾ, ਉਹਦਾ ਜਿਹੜੇ
ਬਾਣੀ ਹੈਗੀ ਉਹ ਨਾਮ ਹੈਗਾ ਉਹਦਾ। ਜੇ ਤੁਸੀਂ ਉਹ ਬਾਣੀ ਬੋਲੋਗੇ ਤਾਂ ਪਾਰ ਬ੍ਰਹਮ ਸੁਣੇਗਾ, ਨਹੀਂ ਤਾਂ ਉਹਨੂੰ ਨਹੀਂ ਪਤਾ ਵੀ ਕੀ ਬੋਲੀ ਜਾਂਦਾ। ਤੂੰ ਜੋ ਬੋਲਦੇ ਨੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਕੀ ਮਤਲਬ ਹੈਗਾ। ਸਾਹ ਦਰਤ ਸੁਹਾਵੀ ਜਿੱਤ ਵਸੇ ਹਰ ਜਨ ਸੱਚੇ ਨਾਮ ਵੱਟੋਂ ਕੁਰਬਾਨੋ। ਉਹ ਭਗਤ ਜਿਹੜਾ ਹੁੰਦਾ ਸੱਚੇ ਨਾਮ ਵੱਲੋਂ ਉਹ ਕੁਰਬਾਨ ਹੁੰਦਾ ਹੈਗਾ, ਉਹ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹੈਗਾ। ਉਹ ਆਪਣੇ ਸੱਚੇ ਨਾਮ ਤੋਂ ਬਿਨਾਂ ਉਹ ਹਟਦਾ ਨਹੀਂ ਹੈਗਾ ਪਿੱਛੇ। ਸੱਚ ਵਡਿਆਈ ਕੀਮ ਨਾ ਪਾਈ, ਸੱਚ ਦੀ ਜਿਹੜੀ ਹੈਗੀ ਕੀਮ, ਵਡਿਆਈ ਜਿਹੜੀ ਹੈਗੀ ਇਹ ਕੋਈ ਕੀਮਤ ਨਹੀਂ ਪਾ ਸਕਦਾ ਉਹਦੀ। ਉਹਦੀ ਜਿਹੜਾ ਲੋਕੀ ਜਿੱਦਾਂ ਕਹਿੰਦਾ ਆਪਣੇ ਤੁਸੀਂ ਹੋਰ ਕੰਮ ਕਰਦੇ ਆ, ਕਰਮ ਕਰਦੇ ਆ, ਕਿਸੇ ਦਾ ਕੋਈ ਮਿਸਤਰੀ ਹੈਗਾ ਉਹਨੇ ਇੱਕ ਅਲਮਾਰੀ ਬਣਾਏਗੀ ਉਹਦੀ ਕੀਮਤ ਪੈ ਜਾਂਦੀ ਹੈਗੀ, ਜਿਹੜੀ ਚੀਜ਼ ਤੁਹਾਡੀ ਦੋ ਅੱਖਾਂ ਨਾਲ ਨਜ਼ਰ ਆਉਂਦੀ। ਜਿਹੜੀ ਤੀਜੀ ਅੱਖ ਹੈਗੀ ਮਨ ਦੀ, ਉਹਦਾ ਨਾਮ ਹੈਗਾ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚ ਉਹਨਾਂ ਦੇ ਲੋਕਾਂ ਨੇ ਆਪਣੇ ਘਰ ਬਾਰ ਵੇਚ ਦਿੱਤਾ ਸੀਗਾ ਇਸ ਸੱਚ ਦੀ ਖਾਤਰ। ਸੱਚ ਵਡਿਆਈ ਕੀਮ ਨਾ ਪਾਈ, ਕੀਮਤ ਨਹੀਂ ਦੀ ਪਾ। ਕੁਦਰਤ ਕਰਮ ਨਾ ਕਹਿਣ ਜਾਈ, ਕੁਦਰਤ ਜਿਹੜੇ ਨੇ ਲੋਕੀ ਕਰਮ ਕਰਦੇ ਨੇ, ਕੋਈ ਖੇਤੀ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਕੁਛ ਕਰਦਾ ਹੈਗਾ, ਜਿਹੜੇ ਉਹ ਕਰਮ ਹੈਗੇ ਜਿਹੜੇ ਕਰਦੇ ਨੇ ਉਹਦੀ ਕੀਮਤ ਨਹੀਂ ਪਾ ਸਕਦੇ। ਯਾਨੀ ਕਿ ਜਿੱਦਾਂ ਹੈਗੇ ਯੂਨੀਵਰਸਿਟੀ 'ਚ ਪ੍ਰੋਫੈਸਰ ਹੈਗੇ ਥਿਓਲੋਜੀ ਦੇ, ਉਹ ਪੜ੍ਹਾਉਂਦੇ ਨੇ ਉਹਨਾਂ ਨੂੰ ਡੈਡ ਲੈਟਰਸ, ਅਤੇ ਡੈਡ ਲੈਟਰ ਪੜ੍ਹਾਉਂਦੇ ਨੇ ਉਹਨਾਂ ਨੂੰ ਸੁਰਤ ਹੈ ਨਹੀਂ ਕਿ ਬਿਲਕੁਲ ਹੀ ਜੋ ਲਿਖਿਆ ਕਿਸੇ ਨੇ ਉਹੀ ਪਟਾਕੀ ਜਾਂਦੇ ਨੇ। ਉਹ ਹੈਗੇ ਆਪਣੇ ਕਰਮ ਕਮਾਉਂਦੇ ਨੇ ਪਾ ਕੇ ਡੌਕ ਕਾਲਰ ਅਤੇ ਚਰਚਾਂ 'ਚ ਆ ਕੇ ਅਤੇ ਪੈਸੇ ਦੀ ਖਾਤਰ ਕੰਮ ਕਰਦੇ ਨੇ, ਉਹ ਨਹੀਂ ਕੀਮਤ ਪਾ ਸਕਦੇ। ਉਹਨਾਂ ਨੂੰ ਮੈਂ ਕਹਿੰਦਾ ਤੁਸੀਂ ਹੈਗੇ ਸੁਪਰ ਡੋਂਕੀਜ਼ ਕੈਰੀਇੰਗ ਹੋਲੀ ਬੁੱਕ, ਯੂਨੀਵਰਸਿਟੀ ਪ੍ਰੋਫੈਸਰ ਹੈਗੇ ਨਾ ਆਕਸਫੋਰਡ, ਉਹਨਾਂ ਨੂੰ ਆਉਂਦਾ ਕੁਛ ਨਹੀਂ ਹੈਗਾ। ਉਹਨਾਂ ਨੂੰ ਪੁੱਛੇ ਵੀ ਜੌਨ ਦੀ ਬਾਪਟਿਸ ਨੇ ਕਿਹਦੇ ਨਾਂ 'ਤੇ ਬਪਟਾਈਜ਼ ਕੀਤਾ ਸੀਗਾ, ਜੀਜ਼ ਨੂੰ ਅਤੇ ਜੂਆ ਨੂੰ, ਉਹਨੇ ਕੋਈ ਜੈਂਟਾਈਲ ਜਾਂ ਸਮੈਰੀਟਨ ਨੂੰ ਜਾਂ ਔਰਤ ਨੂੰ ਬਪਟਾਈਜ਼ ਨਹੀਂ ਕੀਤਾ, ਕਿਉਂ ਨਹੀਂ ਕੀਤਾ ਉਹਨਾਂ ਨੂੰ ਕੁਛ ਨਹੀਂ ਪਤਾ। ਜਿੱਦਾਂ ਜਿਹੜੇ ਸਿੱਖ ਬਣੇ ਬੈਠੇ ਨੇ ਇਹਨਾਂ ਨੂੰ ਪੁੱਛੇ ਵੀ ਹਰਿਮੰਦਰ ਸਾਹਿਬ ਜਿਹੜਾ ਹੈਗਾ ਪਾਣੀ ਦੇ ਗੱਬੇ ਕਿਉਂ ਬਣਾਇਆ ਹੈਗਾ, ਜੇ ਕੋਈ ਇਹਦਾ ਦੱਸ ਸਕੇ ਉਹਨੂੰ ਕੁਛ ਹੈਗਾ ਗਿਆਨ ਹੈਗਾ, ਜਾਂ ਜਿਹੜਾ ਦੱਸਦੇ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ, ਇਹਦਾ ਕੋਈ ਨਹੀਂ ਮਤਲਬ ਦੱਸ ਸਕਦਾ। ਤੁਸੀਂ ਦੇਖ ਲਓ ਗੂਗਲ ਵਿੱਚ ਕਰ ਕਰਕੇ ਕਿਸੇ ਨੂੰ ਨਹੀਂ ਪਤਾ ਹੈਗਾ। ਇਹ ਹੁੰਦਾ ਜਦੋਂ ਹੋਮੇ 'ਚ ਜਦੋਂ ਆਦਮੀ ਆਵੇ ਉਦੋਂ ਸੁਰਤੀ ਨਹੀਂ ਆਉਂਦੀ ਉਹਨੂੰ। ਸਤਿਗੁਰੂ ਅਮਰ ਦੇਵ ਜੀ, ਸਤਿਗੁਰੂ ਅੰਗਦ ਦੇਵ ਜੀ ਨੇ ਲੋਕਾਂ ਦੀ ਹੋਮੇ ਭੁੰਨੀ ਸੀਗੀ, ਹੋਮੇ ਭੰਨ ਕੇ ਉਹਨਾਂ ਨੂੰ ਰਾਮ ਰਾਜੇ 'ਚ ਵਾੜਿਆ ਸੀਗਾ। ਉਹ ਰਾਮ ਰਾਜੇ ਆ ਹੈਗਾ, ਯਾਨੀ ਕਿ ਇੱਥੇ ਆਦਮੀ ਹੋਮੇ 'ਚ ਤੱਕ ਰਹਿੰਦਾ ਹੈਗਾ। ਆਪਣਾ ਜਿਹੜਾ ਪਹਿਲਾਂ ਜਾਤੀ ਜਿਹੜਾ ਉਹ ਬੀਜ ਹੈਗਾ, ਉਹ ਜਾਤੀ ਦਾ ਬੀਜ ਬੀਜਣਾ ਹੈਗਾ। ਮੈਂ ਜੱਟ ਹੈਗਾ ਨਾ, ਅਤੇ ਮੈਂ ਆਪਣਾ ਜੱਟ ਬੀਜ ਇੱਥੇ ਬੀਜ ਕੇ ਅਤੇ ਪੌਦਾ ਕੱਢਣਾ ਹੈਗਾ। ਜਦੋਂ ਪੌਦਾ ਹੋ ਗਿਆ ਉਹ ਹੁੰਦਾ ਦਬੀਜਾ, ਜਿਸ ਮਨ ਨੇ ਤੇ ਜੱਗ ਡਰੇ ਮੇਰੇ ਮਨ ਚਾਓ, ਇਹ ਹੁੰਦਾ ਮਰਨਾ। ਆਪਣੀ ਜਾਤ ਦਾ ਜਿਹੜਾ ਗੁਮਾਨ ਹੈਗਾ ਉਹ ਮਾਰਨਾ, ਗੁਮਾਨ ਮਾਰਨਾ ਹੈਗਾ ਈਗੋ। ਜਾਤ ਦੇ ਬਿਨਾਂ ਤੁਹਾਡੇ ਬੀਜ ਨਹੀਂ ਹੈਗਾ, ਬੀਜ ਦੇ ਬਿਨਾਂ ਪੌਦਾ ਨਹੀਂ ਹੈਗਾ। ਫਿਰ ਉਸ ਪੌਦੇ ਨੇ ਇਸ ਰਾਮ ਰਾਜੇ 'ਚ ਬਣਨਾ ਹੈਗਾ। ਅਤੇ ਇੱਥੇ ਹੈਗਾ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਜੀਜੇ, ਇਹਨਾਂ ਦੇ ਨਾਲ ਉਹਨੇ ਗੱਠਜੋੜ ਕਰਨਾ ਹੈਗਾ। ਇਹਨਾਂ ਨੇ ਫਿਰ ਉਹਨਾਂ ਦੇ ਨਾਲ ਗੱਠਜੋੜ ਕਰਕੇ ਅਤੇ ਉਹਨਾਂ ਤੋਂ ਸਿਕਸ਼ਾ ਲੈਣੀ ਹੈਗੀ। ਇੱਥੇ ਹੈਗਾ ਏਕ ਪਿਤਾ ਹਮ ਬਾਰੇ ਪੁੱਛ ਕੇ, ਇੱਥੇ ਸਾਰਿਆਂ ਦਾ ਇੱਕ ਪਿਤਾ ਹੈਗਾ, ਵਿਆਹ ਦੀ ਔਰਤ ਹੈਗੀ, ਵਿਆਹ ਦੀ ਆਦਮੀ ਹੈਗਾ, ਜਾਂ ਬੱਚਾ ਹੈਗਾ, ਜਾਂ ਬੁੱਢਾ ਹੈਗਾ। ਹਰ ਇੱਕ ਦੀ ਰੂਹ ਜਿਹੜੀ ਹੈਗੀ ਉਹ ਕਾਊਂਟ ਕਰਦੀ ਹੈਗੀ, ਜਿਸਮ ਨਹੀਂ ਕਾਊਂਟ ਕਰਦਾ। ਇੱਥੇ ਜਿਹੜੀ ਤੁਹਾਡੀ ਤੀਵੀਂ ਗਈ ਨਾਲ ਉੱਥੇ ਤੁਹਾਡੇ ਗੁਰਦੁਆਰੇ, ਇੱਥੇ ਤੁਹਾਡਾ ਉਹ ਭਰਾ ਬਣ ਜਾਂਦੀ ਹੈਗੀ। ਅਤੇ ਇੱਥੇ ਹੈਗਾ ਏਕ ਪਿਤਾ ਬਾਰੇ ਪੁੱਛ ਕੇ, ਇੱਥੇ ਹਰ ਇੱਕ ਦਾ ਆਪਣਾ ਆਪਣਾ ਪਿਤਾ ਹੈਗਾ, ਅਤੇ ਤੀਵੀਂ ਦੇ ਬੱਚੇ ਹੈਗੇ ਨੇ। ਇਹ ਦੁਨਿਆਵੀ ਹੈਗਾ, ਇਹ ਹੈਗਾ ਜਿਹੜਾ ਕਿ ਸਾਧੂਆਂ ਦੀ ਮੰਡਲ,
ਇਸ ਕਲਯੁਗ ਵਿੱਚ ਤੁਸੀਂ ਸਾਧੂਆਂ ਦੀ ਤਰ੍ਹਾਂ ਰਹਿਣਾ ਹੈਗਾ, ਘਰ ਬੈਠੇ ਤੁਸੀਂ ਇਹ ਨਾਮ ਪਾਉਣਾ ਹੈਗਾ, ਜੰਗਲਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਇਹ ਇਹਨੂੰ ਕਹਿੰਦੇ ਸਲੈਸ਼ੀਅਲ ਵਰਲਡ। ਅਤੇ ਇੱਥੇ ਤੁਹਾਡਾ ਏਕ ਪਿਤਾ ਹੰਬਾਰੇ ਕੁਛ ਕੇ, ਇੱਥੇ ਜਦੋਂ ਹੋਵੇ ਤੁਸੀਂ ਗੁਰ ਨਾਲ ਬੋਲੋਗੇ। ਇੱਥੇ ਕਿਤਾਬ ਨਹੀਂ ਕੋਈ ਵੀ ਚੱਕ ਜਾਂਦੀ, ਆਦਿ ਗ੍ਰੰਥ ਜਾਂ ਬਾਈਬਲ ਇੱਥੇ ਨਹੀਂ ਕੋਈ ਲਿਜਾ ਸਕਦਾ, ਇਹ ਇੱਥੇ ਖਤਮ ਹੋ ਜਾਂਦੀ ਹੈ। ਇੱਥੇ ਜੋ ਬੋਲਦੇ ਆ ਤੁਸੀਂ ਗੁਰ ਨਾਲ ਬੋਲਦੇ ਆ, ਗੁਰ ਨਾਲ ਬੋਲੋਗੇ ਉਹ ਉਹਦੀ ਲੋਗੋ ਹੈਗਾ, ਲੋਗੋ ਉਹਦਾ ਉਹਦਾ ਵਰਡ ਹੈਗਾ, ਸਿੱਧੀ ਗੱਲ ਹੈਗੀ। ਕੁਦਰਤ ਕੰਮ ਨਾ ਕਹਿਣ ਜਾਏ ਵੀ ਜਿਹੜੇ ਕੁਦਰਤ ਦੇ ਕਰਮ ਕਰਦੇ ਨੇ ਉਹ ਨਹੀਂ ਉਹਦਾ ਗੁਣ ਜਾਣ ਸਕਦੇ, ਯਾਨੀ ਕਿ ਜਿਹੜੇ ਹੋਮੇ ਚ ਹੈਗੇ ਨੇ। ਦਿਆਏ ਦਿਆਏ ਜੀਵੇ ਜਾਂ ਤੇਰੇ, ਉਹ ਜਿਹੜਾ ਧਿਆਏ ਧਿਆ ਹੈਗਾ ਦੋਹਰੀ ਆਏਗਾ, ਉਹ ਇੱਕ ਹੈਗਾ ਮਨਮੁੱਖ ਲਈ ਤੇ ਇੱਕ ਹੈਗਾ ਗੁਰਮੁਖ ਲਈ। ਇਹਨੇ ਇੱਥੇ ਤਾਂ ਸਤਿਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਹੋਮੇ ਭੰਨੀ, ਇੱਥੇ ਉਹਨਾਂ ਨੂੰ ਦੁਬੀਜਾ ਬਣਾਇਆ। ਇੱਥੇ ਹੈਗਾ ਧਿਆਏ 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 ਧਿਆ, ਜਿਹੜਾ ਮਨਮੁਖ ਮਨ ਨਾਲ ਆਦਮੀ ਹੈਗਾ ਅਤੇ ਗੁਰਮੁਖ ਹੈਗਾ, ਦੋਨੋਂ ਧਿਆਉਂਦੇ ਨੇ। ਧਿਆਏ ਧਿਆਏ ਇੱਥੇ ਸ਼ੁਰੂ ਹੁੰਦਾ, ਇੱਥੇ ਫਿਰ ਸ਼ੀਲਡ ਟੂ ਸਰਵ ਗੋਡ, ਸ਼ੀਲਡ ਟੂ ਸਰਵ ਗੁਰਮੁਖ। ਆਹ ਗੁਰਮੁਖ ਹੈਗੇ, ਆਹ ਸਨਮੁਖ ਹੈਗੇ ਨੇ। ਸਨਮੁਖ ਸੁਣਦਾ ਹੈਗਾ ਧਿਆਏ, ਆਪਣੇ ਸੁਣ ਕੇ ਤਾਂ ਆਪਣੇ ਦਿਲ 'ਚ ਧਿਆਏ, ਫਿਰ ਹੈਗਾ ਗੱਲ ਬਣਦੀ। ਜੇ ਸੁਣ ਕੇ ਤਾਂ ਇੱਕ ਕੰਨੋਂ ਕੱਢੀ ਤਾਂ ਦੂਏ ਕੰਨੋਂ ਕੱਢ ਦਿੱਤੇ, ਉਹ ਫਿਰ ਉਹ ਨਹੀਂ ਕੁਛ ਪਾਏਗਾ। ਧਿਆਏ ਧਿਆਏ ਅਤੇ ਫਿਰ ਉਹਦੇ ਗੁਣ ਗਾਉਂਦਾ ਆਦਮੀ। ਧਿਆਏ ਧਿਆਏ ਜੀਵੇ ਜਾਂ ਤੇਰੇ, ਅਤੇ ਉਹਦੇ ਤਦ ਉਹ ਜੀਂਦਾ ਹੈਗਾ ਦਵੀਜਾ ਬਣ ਕੇ, ਉਹ ਫਿਰ ਅਟਰਨਲ ਜਿੱਦਾਂ ਪਿਓ ਉਦਾਂ ਦਾ ਪੁੱਤਰ ਰਾਮ ਰਾਜੇ 'ਚ ਵੜ ਕੇ। ਸੱਚ ਸ਼ਬਦ ਮਨ ਮਾਨੋ ਜੀਓ, ਸੱਚ ਸ਼ਬਦ ਨਾਲ ਉਹਦਾ ਜਿਹੜਾ ਮਨ ਜਿਹੜਾ ਨਾ ਉਹ ਮੰਨ ਜਾਂਦਾ ਹੈਗਾ, ਜਿੱਦਾਂ ਲੋਗੋ ਜਿਹਨੂੰ ਕਹਿੰਦੇ ਨੇ। ਉੱਥੇ ਜਦੋਂ ਧਿਆਓਗੇ ਤਾਂ ਲੌਜੀਕਲੀ ਬੋਲੋਗੇ, ਜਿੱਦਾਂ ਹੈਗਾ ਵੀ ਸਿੱਖ ਜਿਹੜਾ ਨਾਦੀ ਰੂਪ ਹੈਗਾ, ਮੇਰਾ ਬਿੰਦੀ ਰੂਪ ਜਿਹੜਾ ਜੱਟ ਹੈਗਾ, ਬਿੰਦ ਬਿੰਦ ਹੁੰਦੀ ਤੁਖਮ, ਮੈਂ ਜੱਟ ਦਾ ਤੁਖਮ ਹੈਗਾ, ਨਿੱਜਰ ਜੱਟ ਦਾ। ਅਤੇ ਨਿੱਜਰ ਜੱਟ ਪੈਦਾ ਹੋਇਆ ਤਾਂ ਨਿੱਜਰ ਜੱਟ ਹੀ ਮਰੇਗਾ ਨਾ। ਸਿੱਖ ਤਾਂ ਹੁੰਦਾ ਜਿਹੜੇ ਕੋਈ ਸਿੱਖਿਆ ਹੋਵੇ, ਉਹ ਜਿਹੜਾ ਹੈਗਾ ਸਿੱਖ ਤਾਂ ਹੈਗਾ ਸੂਖਸ਼ਮ ਰੂਪ ਇਹਨੂੰ ਕਹਿੰਦੇ ਨੇ। ਮੇਰਾ ਅਸਥੂਲ ਰੂਪ ਜਿਹੜਾ ਹੈਗਾ, ਆਹ ਅਸਥੂਲ ਰੂਪ ਹੈਗਾ, ਇਹ ਜੱਟ ਹੈਗਾ, ਇਹ ਪੈਦਾ ਇਹ ਮਰੇਗਾ। ਅਤੇ 1984 ਜਾਂ 1947 'ਚ ਇੱਕ ਵੀ ਨਹੀਂ ਸਿੱਖ ਮਰਿਆ, ਕੋਈ ਕੌਮਾਂ ਦੇ ਲੋਕ ਪੈਦਾ ਹੋਏ, ਕੌਮਾਂ ਦੇ ਲੋਕ ਮਰੇ, ਚੂੜੇ ਪੈਦਾ ਹੋਏ, ਚੂੜੇ ਮਰਨਗੇ, ਤਰਖਾਣ ਲੁਹਾਰ ਖੱਤਰੀ ਇਹ ਮਰੇ ਸੀਗੇ, ਸਿੱਖ ਨਹੀਂ ਕੋਈ ਵੀ ਮਰਦਾ। ਇਹ ਜਿਹੜਾ ਕਹਿੰਦੇ ਵੀ ਸਿੱਖ ਮਰ ਗਏ ਇਹਨੇ, ਉਹ ਕੂੜ ਬੋਲਦੇ ਨੇ, ਕੂੜ ਡੋਬੇ ਕੂੜ, ਇਹਨਾਂ ਦਾ ਕੂੜ ਬੋਲ ਬੋਲ ਕੇ ਫਿਰ ਖੂਬ ਫਸਾਦ ਕਰਦੇ ਨੇ, ਇੱਕ ਦੂਜੇ ਨਾਲ ਮਾਰਦੇ ਨੇ। ਇਹ ਇਹਨਾਂ ਦੀ ਮਰਜ਼ੀ ਆਪਣੀ, ਜਿਹੜਾ ਸੱਚ ਬੋਲੇਗਾ ਉਹਦੇ 'ਤੇ ਪਾਰ ਬ੍ਰਹਮ ਦਾ ਹੱਥ ਹੋਏਗਾ, ਉਹ ਫਿਰ ਤੁਹਾਨੂੰ ਸਹੀ ਸਲਾਮਤ ਤੁਹਾਡੀ ਰੱਖੇਗਾ। ਜਿਹਦੇ ਮੇਰੇ ਫਾਦਰ ਜਿਹੜੇ ਸੀ ਉਹਨਾਂ ਨੂੰ ਪਤਾ ਸੀ ਸੱਚ ਦਾ ਵੀ ਜਿਹੜਾ ਸਿੱਖ ਅਤੇ ਹੈਗਾ ਮੁਸਲਮਾਨ ਇਹ ਮਨ ਹੈਗੇ ਨੇ, ਤਨ ਨਹੀਂ ਹੈਗੇ। ਅਤੇ 2028 ਆਏ ਸੀ ਸਾਡੇ ਪਿੰਡ ਹਮਲਾ ਕਰਨ, ਅਤੇ ਜਦੋਂ ਫਾਦਰ ਨੇ ਦੱਸਿਆ ਵੀ ਤੁਸੀਂ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ ਮਰਨਾ, ਨਾ ਸਿੱਖ ਪੈਦਾ ਹੋਇਆ ਨਾ ਮੁਸਲਮਾਨ ਪੈਦਾ ਹੋਇਆ। ਅਤੇ ਉਹਨੂੰ ਤਿੰਨਾਂ ਲਾਲਿਆਂ ਦੀ ਸ਼ਰਾਰਤ ਸਮਝਾਏ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੋਹਨਦਾਸ ਕਰਮਚੰਦ ਗਾਂਧੀ ਬਾਣੀਆ, ਅਤੇ ਲਾਲਾ ਮੁਹੰਮਦ ਅਲੀ ਜਿਨਾਹ ਬਬਲਾ ਪਾਟੀਆ। ਜਦੋਂ ਤਿੰਨਾਂ ਲਾਲਿਆਂ ਦੀ ਸ਼ਰਾਰਤ ਸਮਝਾਈ ਤਾਂ ਉਹਨੇ ਪੱਲੇ ਪੈ ਗਈ, ਅਤੇ ਕਹਿੰਦਾ 2000 ਨੂੰ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਆਏ ਸੀ ਸਾਨੂੰ ਮਹਿਮਾਨ, ਸਾਡੇ ਇੱਕ ਨੰਬਰ ਦੇ ਰਖਵਾਲੇ ਬਣ ਗਏ ਪਾਪ ਬ੍ਰਹਮ ਵਿੱਚ। ਇਹ ਪਾਪ ਬ੍ਰਹਮ ਦੀ ਸ਼ਕਤੀ ਹੈਗੀ। ਅਤੇ ਇਹ ਇਸ ਤਰ੍ਹਾਂ ਜਿਹੜਾ ਸੀ ਚੌਧਰੀ ਛੋਟੂ ਰਾਮ ਜੱਟਾਂ ਦਾ ਉਹ ਕਿਸਾਨਾਂ ਦਾ ਕਰਤਾ ਸੀ ਸਾਰਾ, ਯੂਨੀਅਨ ਪਾਰਟੀ ਸੀਗੀ। ਇਹ ਜਿਹੜਾ ਜਿਨਾਹ ਸੀਗਾ ਇਹ ਲੋਕਾਂ ਨੂੰ ਆਇਆ ਸੀ ਰੰਗ ਚਾੜਨ, ਮਜ਼ਹਬੀ ਵੀ ਅਸੀਂ ਮੁਸਲਮਾਨ ਮੁਸਲਮਾਨ ਬ੍ਰਦਰਹੁੱਡ ਤੇ ਕਰਨ ਵਾਲਾ। ਇਹ ਜਿਹੜੇ ਖੱਤਰੀ ਹੈਗੇ ਨੇ ਇਹ ਇੱਕ ਨੰਬਰ ਦੇ ਸ਼ੈਤਾਨ ਹੈਗੇ ਨੇ ਦੁਨੀਆਂ 'ਚ। ਅਤੇ ਚੌਧਰੀ ਛੋਟੂ ਰਾਮ ਨੇ ਇਹਨੂੰ ਕਿਹਾ ਸੀ ਜਿਨਾਹ ਨੂੰ 24 ਘੰਟੇ ਦੇ ਵਿੱਚ ਵਿੱਚ ਮੁਲਕ ਛੱਡ ਜਾ,
ਨਿਕਲ ਜਾ ਬਾਹਰ ਇੱਥੋਂ, ਜੇ ਨਹੀਂ ਨਿਕਲਿਆ ਤਾਂ ਤੈਨੂੰ ਜੇਲ੍ਹ ਵਿੱਚ ਪਾ ਦਿਆਂਗਾ। ਅੱਜ ਉਹ ਜੱਟ ਜਿਹੜੇ ਨੇ ਉਹਨਾਂ ਦੇ ਫਸੇ ਹੋਏ ਨੇ, ਅਤੇ ਫਸ ਕੇ ਉਹਨਾਂ ਨੂੰ ਜਦੋਂ ਰੰਗ ਚੜ੍ਹ ਗਿਆ, ਸਿੱਖ ਅਤੇ ਕੌਮ ਬਣਾ ਦਿੱਤੀ ਅਤੇ ਮੁਸਲਮਾਨ ਕੌਮ ਬਣਾ ਦਿੱਤੀ, ਅਤੇ ਆਪਸ ਵਿੱਚ ਲੜੇ ਅਤੇ ਮਰੇ। ਅਤੇ ਹੁਣ ਜਿਹੜਾ ਫਸਾਦ ਹੋਣਾ ਬਹੁਤ ਜ਼ਬਰਦਸਤ ਹੋਣਾ ਹੈਗਾ, ਅਤੇ ਇਸ ਕਰਕੇ ਆਪਣੇ ਪਿਓ ਦੇ ਬਣੇ ਰਹੋ। ਪਿਓ ਰਾਖੀ ਰੱਖਦਾ ਹੈਗਾ, ਅਤੇ ਤਦੇ ਪਿਓ ਦੇ ਬਣੋਗੇ, ਬ੍ਰਹਮ ਕੇ ਬੇਟੇ ਬਣੋਗੇ ਅਤੇ ਪਾਪ ਬ੍ਰਹਮ ਨੂੰ ਜਾਣੋਗੇ। ਬੀਜ ਜੇ ਹੋਏਗਾ ਤਾਂ ਪੌਦਾ ਬਣੇਗਾ, ਜੇ ਬੀਜ ਹੈ ਨੀਗਾ, ਨਾਸ ਕਰ ਲਿਆ ਬੀਜ, ਤਾਂ ਪੌਦਾ ਕਿੱਧਰੋਂ ਬਣਾ ਲਓਗੇ। ਆਪਣਾ ਬੀਜ ਨਾ ਭੁੱਲੋ, ਆਪਣੇ ਜਿਹੜੇ ਕੌਮ ਨਾ ਭੁੱਲੋ। ਇਹ ਖੱਤਰੀ ਜਿਹੜੇ ਨੇ ਇਹ ਤੁਹਾਡੀ ਕੌਮ ਬਣਾਉਂਦੇ ਨੇ ਤੁਹਾਨੂੰ। ਜਿੱਦਾਂ ਮੈਂ ਜੱਟ ਕੌਮ ਕਹਿੰਦਾ, ਅਤੇ ਇੱਕ ਖੱਤਰੀ ਹੈਗਾ, ਉਹਨੇ ਵੀਡੀਓ ਬਣਾਇਆ ਮੇਰੇ ਉੱਤੇ ਕਿ ਜੀ ਇਹ ਆਪਣੇ ਆਪ ਨੂੰ ਜੱਟ ਕਹਿੰਦਾ ਹੈਗਾ। ਅਤੇ ਉਹਨੂੰ ਪੁੱਛਿਆ ਵੀ ਤੇਰੀ ਜਾਤ ਕੀ ਹੈਗੀ, ਕਹਿੰਦਾ ਮੇਰੀ ਜਾਤ ਸਿੱਖ ਹੈਗੀ। ਸਿੱਖ ਵੀ ਕੋਈ ਕੌਮ ਹੈਗੀ? ਖੱਤਰੀ ਹੈਗਾ ਉਹ ਜਿਹੜਾ ਕਰ ਰਿਹਾ ਹੈਗਾ, ਇਹ ਖੱਤਰੀਆਂ ਦਾ ਕੰਮ ਹੈਗਾ। ਇਹ ਹੈਗੇ ਨੇ ਢੀਠ, ਢੀਠ ਪੱਕੇ ਢੀਠ ਹੈਗੇ ਨੇ ਇਹ ਜਿਹੜਾ ਨੇ, ਇਹ ਸ਼ਰਾਰਤ ਕਰਨੋਂ ਨਹੀਂ ਹਟਦੇ। ਇਹ ਇਹਨਾਂ ਦੇ ਸਤਿਗੁਰਾਂ ਨੂੰ ਇਹਨਾਂ ਠੁੱਡੇ ਮਾਰੇ। ਸਤਿਗੁਰੂ ਅਰਜਨ ਦੇਵ ਜੀ ਨੂੰ ਸੋਢੀ ਖੱਤਰੀ ਸੀ ਉਹ ਚੰਦੂ, ਉਹਨੇ ਤੱਤੀ ਲੋਹ 'ਤੇ ਬਿਠਾਇਆ ਅਤੇ ਉਹਨੂੰ ਤਸੀਹੇ ਦਿੱਤੇ। ਅਤੇ ਸਤਿਗੁਰੂ ਤੇਗ ਬਹਾਦਰ ਜੀ ਜਿਹੜੇ ਕਸ਼ਮੀਰ ਦੇ ਖੱਤਰੀ ਮੁੱਲਾ ਬਣ ਗਏ ਸੀ, ਉਹਨਾਂ ਨੇ ਉਹਨਾਂ ਨੂੰ ਮਾਰਿਆ ਸੀਗਾ। ਅੱਜ ਉਹਦਾ ਅਵਲ 'ਚ ਮਿਲ ਰਿਹਾ ਉਹਨਾਂ ਨੂੰ ਸਵਾਦ ਮਾਰਨ ਦਾ। ਅਤੇ ਕੋਈ ਵੀ ਨਹੀਂ ਜਾਂਦਾ ਖਾਲੀ, ਜਦੋਂ ਕੋਈ ਤੁਸੀਂ ਬੁਰਾ ਕੰਮ ਕਰੋ ਤੁਹਾਨੂੰ ਉਹਦਾ ਫਲ ਮਿਲਦਾ ਜ਼ਰੂਰ। ਅੱਛਾ ਚੱਲੀਏ ਆਪਾਂ ਅੱਗੇ। ਧਿਆਏ ਧਿਆਏ ਜੀਵੇ, ਬਈ ਉਹ ਆਦਮੀ ਜਿੰਦਾ ਹੈਗਾ ਤੇਰੇ ਨਾਂ 'ਤੇ, ਉਹਨੂੰ ਖੁਸ਼ੀ ਹੁੰਦੀ ਗੀ। ਜਨ ਤੇਰੇ ਸੱਚ ਸ਼ਬਦ ਮਨ ਮਾਨੋ ਜੀਓ, ਉਹ ਤੇਰੇ ਸ਼ਬਦ ਜਿਹੜੇ ਕਹਿੰਦੇ, ਤੇਰਾ ਹਿਜ ਵਰਡ ਹੈਗਾ, ਉਹ ਉਹਦੇ ਮਨ ਨੂੰ ਮੰਨਦਾ ਹੈਗਾ। ਉਹਦੇ 'ਚ ਮਨ 'ਚ ਉਹਨੂੰ ਬੜੀ ਖੁਸ਼ੀ ਹੁੰਦੀ ਪਾ ਕੇ। ਸੱਚ ਸਲਾਹਨ ਵੱਡ ਭਾਗੀ ਪਾਈਏ, ਉਹ ਜਿਹੜੇ ਸੱਚ ਸਲਾਹੁੰਦੇ ਹੈਗੇ ਉਹ ਕੋਟਾਂ ਵਿੱਚੋਂ ਇੱਕ ਹੁੰਦੇ ਨੇ। ਸੇਂਟ ਥੋਮਸ ਕਹਿੰਦਾ ਵੀ 1 in 1,000 and 2 in 10,000 ਤੇਰਾ ਨਾਮ ਸਲਾਹੁੰਗੇ। ਅਤੇ ਆਪਣੇ ਸਤਿਗੁਰੂ ਤੇਗ ਬਹਾਦਰ ਜੀ ਕਹਿ ਕੇ ਕੋਟਨ ਮੇਂ ਏਕ ਸਿੱਖ ਹੋਏਗਾ। ਸਿੱਖ ਜਿਹੜਾ ਆਮ ਨਹੀਂ ਮਿਲਦਾ, ਪਗੜੀ ਦਾੜੀ ਨਾਲ ਜਿਹੜਾ ਸਿੱਖ ਬਣੇ ਨੇ, ਇਹ ਖੱਤਰੀ ਜਿਹੜੇ ਹੈਗੇ ਨੇ, ਜੇ ਦੋ ਮੁੰਡੇ ਹੈਗੇ ਨੇ ਇੱਕ ਨੂੰ ਪਗੜੀ ਅਤੇ ਦਾੜੀ ਬਣਾ ਕੇ ਤਾਂ ਦੁਕਾਨ 'ਤੇ ਬਿਠਾ ਦਿੰਦੇ ਨੇ। ਇੱਕ ਮੋਨਾ, ਜਿਹੜੇ ਮੋਨੇ ਹੈਗੇ ਨੇ ਉਹ ਉਹਦੇ ਕੋਲ ਜਾਂਦੇ ਨੇ ਵੀ ਮੋਨਾ ਹੈਗਾ। ਜਿਹੜੇ ਸਾਡੇ ਵਰਗੇ ਬੁੱਧੂ ਹੈਗੇ ਨੇ ਪਿੰਡਾਂ ਦੇ ਜੱਟ, ਆਹ ਸਾਡਾ ਸਿੱਖ ਭਾਈ ਹੈਗਾ, ਇਹਦੇ ਕੋਲ ਕੱਪੜਾ ਲੈਂਦੇ, ਉਹ ਦੋਨੋਂ ਪਾਸੇ ਠੱਗਦੇ ਨੇ, ਖੂਬ ਠੱਗਦੇ ਨੇ। ਇਹ ਹੈਗੇ ਨੇ ਇਹਨਾਂ ਦੀ ਠੱਗੀ, ਇਹਨਾਂ ਦਾ ਮਨ ਜਿਹੜਾ ਹੈਗਾ ਉਹ ਕਾਲਾ ਹੈਗਾ। ਇਹਨਾਂ ਦੇ ਮਨ ਨਾਲੋਂ ਕਾਲਾ ਕਿਸੇ ਦਾ ਮਨ ਨਹੀਂ ਹੋਣਾ। ਸੱਚ ਸਲਾਹਨ ਵੱਡ ਭਾਗੀ ਪਾਈਏ, ਗੁਰ ਪ੍ਰਸਾਦੀ ਹਰ ਗੁਣ ਗਾਈਏ। ਗੁਰ ਹੁੰਦਾ ਗੁਰ, ਇਹਦਾ ਕਹਿੰਦਾ ਤਰੀਕਾ ਕਾ ਸਵਾਲ ਹੈਗਾ, ਇਹਦਾ ਗੁਰ ਕੀ ਹੈਗਾ? ਗੁਰ ਹੁੰਦਾ ਫਾਰਮੂਲਾ ਜਾਂ ਤਰੀਕਾ। ਜੇ ਤਰੀਕਾ ਪਤਾ ਲੱਗ ਜਾ ਵੀ ਆਹ ਤਰੀਕਾ ਹੈਗਾ, ਤੇ ਉਹ ਸਵਾਲ ਨਿਕਲਿਆ ਹੁੰਦਾ ਹੈਗਾ। ਤੇ ਇਸ ਕਰਕੇ ਗੁਰ ਜਿਹੜਾ ਹੈਗਾ ਉਹਦਾ ਨਾਮ ਦਾ ਪਾਉਣ ਵਾਲਾ ਉਹ ਹੈਗਾ ਲੋਜੀਕਲ ਰੀਜਨਿੰਗ। ਲੋਜੀਕਲ ਰੀਜਨਿੰਗ, ਮੈਂ ਜੱਟ ਪੈਦਾ ਹੋਇਆ ਤੇ ਹੁਣ ਮੈਂ ਕ੍ਰਿਸਚਨਿਟੀ ਦਾ ਵੀ ਪ੍ਰਚਾਰ ਕਰਦਾ, ਇਸਲਾਮ ਦਾ ਵੀ ਪ੍ਰਚਾਰ ਕਰਦਾ, ਮੈਂ ਹੁਣ ਮੁਸਲਮਾਨ ਹੈਗਾ, ਸੂਫੀ ਮੁਸਲਮਾਨ। ਤੇ ਜਦੋਂ ਮਰਾਂਗਾ ਉਦੋਂ ਕੌਣ ਮਰੇਗਾ? ਮੁਸਲਮਾਨ ਤਾਂ ਪੈਦਾ ਨਹੀਂ ਨਾ ਹੋਇਆ ਸੀ, ਨਾ ਹੋਰ ਕੋਈ ਸਿੱਖ ਪੈਦਾ ਹੋਇਆ, ਮੈਂ ਜੱਟ ਹੀ ਮਰਾਂਗਾ ਨਾ। ਇਸ ਕਰਕੇ ਜੱਟ ਮਰੇਗਾ, ਜੱਟ ਪੈਦਾ ਹੋਇਆ, ਜੱਟ ਹੀ ਮਰੇਗਾ। ਇਹ ਹੈਗਾ ਸੱਤ। ਅਤੇ ਜਿਹੜੇ ਕਹਿ ਦਿੰਦੇ ਨਾ ਸਿੱਖ ਮਰ ਗਏ ਜੀ 1984 'ਚ, ਇਹਨੇ ਇਹ ਕੂੜ ਬੋਲਦੇ ਨੇ, ਕੂੜ ਡੋਬੇ ਪੂਰ, ਇਹ ਹੋਰ ਪੂਰ ਡੁੱਬਣੇ ਨਹੀਂ ਤੇ ਉਹਦੇ ਨਾਲ। ਇਸ ਕਰਕੇ ਬਚ ਜਾਓ, ਸੱਚ ਬੋਲੋ, ਕੌਮਾਂ ਦੇ ਨਾਂ ਲੈ ਕੇ ਗੱਲ ਕਰੋ, ਫਿਰ ਤੁਸੀਂ ਬਚੋਗੇ, ਨਹੀਂ ਤਾਂ ਤੁਸੀਂ ਮਾਰੇ ਜਾਓਗੇ। ਅਤੇ ਗੁਰ ਪ੍ਰਸਾਦੀ ਗੁਣ ਗਾਈਏ, ਉਹਦੇ ਗੁਣ ਜਿਹੜੇ ਗਾਉਣੇ ਨੇ ਤੁਸੀਂ ਲੋਜੀਕਲ ਰੀਜਨਿੰਗ ਨਾਲ ਗਾਉਣੇ ਨੇ। ਉਹਨੂੰ ਲੋਗੋ ਕਹਿੰਦੇ, ਜਿਹੜੇ ਲੋਗੋ ਉਹਦਾ ਨਾਂ ਹੈਗਾ। ਗਾਈਏ ਰੰਗ ਰਤੇ ਤੇਰੇ ਤੁਧ ਭਾਵੇ,
ਸੱਚ ਨਾਮ ਨਿਸ਼ਾਨੋ ਜੀਓ ਰੰਗ ਰਤੇ, ਤੇਰੇ ਰੰਗ ਨਾਲ ਜਦੋਂ ਅਸੀਂ ਰਤ ਜਾਂਦੇ ਹਾਂ, ਤੇਰੇ ਗੁਣ ਗਾਉਂਦੇ ਹਾਂ ਤੇ ਤੈਨੂੰ ਫਿਰ ਚੰਗਾ ਲੱਗਦਾ ਹੈਗਾ, ਅਸੀਂ ਤੇਰੇ ਪਸੰਦ ਆਉਂਦੇ ਹਾਂ, ਤੂੰ ਭਾਉਂਦਾ ਸਾਨੂੰ, ਉਹ ਸਾਨੂੰ ਹੋਰ ਦਿੰਦਾ ਹੈਗਾ ਨਾਮ, ਉਹ ਅੰਦਰ ਹੀ ਹੈਗਾ, ਬਾਹਰ ਨਹੀਂ ਹੈਗਾ, ਉਹ ਨਾਲ ਜਾਂਦਾ ਜਦੋਂ ਤੁਸੀਂ ਮਰਜਦੇ ਹਾਂ, ਨਾਲ ਤੁਹਾਡੇ ਨੂੰ ਤੁਰਦਾ ਹੈਗਾ, ਨਾਲ ਚੱਲੋ, ਉੱਥੇ ਲੈ ਕੇ ਜਾਂਦਾ ਆਪਣੇ ਉਹਦੀ ਦਰਗਾਹ 'ਚ ਹਰ ਦੀ। ਰੰਗ ਰਤੇ ਤੇਰੇ ਧੁੱਧ ਪਾਵੇ, ਤੈਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਤੇਰੇ ਰੰਗ ਦੇ ਆਦਮੀ ਹੈਗੇ ਨੇ ਰਤੇ ਹੋਏ। ਸੱਚ ਨਾਮ ਨਿਸ਼ਾਨੋ ਜੀਓ, ਸੱਚ ਜਦੋਂ ਬੋਲਦੇ ਨੇ ਤੇਰਾ ਨਾਮ, ਉਹਦਾ ਨਿਸ਼ਾਨ ਹੁੰਦਾ ਪੁੱਤਰ, ਜਿਹੜੀ ਧੀ ਹੁੰਦੀ ਉਹਨੇ ਨਿਸ਼ਾਨ ਹੁੰਦੀ, ਉਹ ਵਿਆਹ ਕੇ ਤਾਂ ਉਹਦੇ ਸਰਨੇਮ ਬਦਲ ਜਾਂਦਾ ਹੈਗਾ, ਜਿਹੜਾ ਪੁੱਤਰ ਹੁੰਦਾ ਉਹਦਾ ਸਰਨੇਮ ਨਹੀਂ ਬਦਲਦਾ, ਇਸ ਕਰਕੇ ਜਿਹੜਾ ਸੱਚ ਬੋਲੇ ਉਹ ਪਾਵ ਬ੍ਰਹਮ ਦੇ ਪੁੱਤਰ ਹੈਗੇ ਨੇ। ਸਮਸ ਆਫ ਗੋਡ, ਸਮਸ ਆਫ ਦੀ ਮੋਸਟ ਹਾਈ, ਜੀਸਸ ਪਹਿਲਾਂ ਆਇਆ ਸਤਿਗੁਰੂ, ਜੇ ਤੁਸੀਂ ਉਹਦੀ ਬਾਣੀ ਸਮਝੋਗੇ, ਆਹ ਤੁਹਾਨੂੰ ਦੂਜੇ ਸਤਿਗੁਰੂ ਦੀ ਬਾਣੀ ਬਹੁਤ ਸੌਖੀ ਹੈਗੀ, ਫਿਰ ਜੇ ਉਹ ਨਹੀਂ ਸਮਝ ਆਈ ਤੇ ਇਹ ਨਹੀਂ ਸਮਝ ਆਉਣੀ। ਰੰਗ ਰਤੇ ਤੇਰੇ ਤੁਧ ਪਾਵੇ, ਸੱਚ ਨਾਮ ਨਿਸ਼ਾਨੇ ਨਿਸ਼ਾਨੋ ਜੀਓ, ਤੂੰ ਉਹਦਾ ਅਸੀਂ ਪੁੱਤਰ ਬਣ ਜਾਂਦੇ ਹਾਂ ਉਹਦੇ, ਜਿੱਦਾਂ ਦਾ ਪਿਓ ਉਦਾਂ ਦੇ ਤੁਸੀਂ ਅਟਰਨਲ ਪੁੱਤਰ ਬਣ ਜਾਂਦੇ ਹਾਂ। ਸੱਚੇ ਅੰਤ ਨਾ ਜਾਣੇ ਕੋਈ, ਜਿਹੜਾ ਹੈਗਾ ਸੱਚਾ ਜਿਹੜਾ ਪਾਪ ਰਹੇਗਾ ਉਹਦਾ ਕੋਈ ਅੰਤ ਜਾਂ ਅਖੀਰ ਆਖਰ ਨਹੀਂ ਉਹਦੀ ਕੋਈ ਜਾਣ ਸਕਦਾ। ਜਾਣੇ ਕੋਈ ਥਾਨ ਥਨੱਤਰ ਸੱਚਾ ਸੋਈ, ਥਾਨ ਥਨੱਤਰ ਹੈਗਾ ਵੀ ਹਰ ਇੱਕ ਜਗ੍ਹਾ, ਉਹੀ ਹੈਗਾ ਸੱਚਾ ਹੀ ਹੈਗਾ, ਹੋਰ ਕੋਈ ਨਹੀਂ ਹੈਗਾ। ਜਿਹੜੀ ਰੂਹ ਹੈਗੀ ਪਾਪ ਬ੍ਰਹਮ ਦੀ ਹੈਗੀ, ਹਰੇਕ ਜੀਵ ਵਿੱਚ ਉਹਦੀ ਰੂਹ ਹੈਗੀ, ਇਸ ਕਰਕੇ ਸਿੱਖੀ ਵਿੱਚ ਜੇ ਕੋਈ ਮਾਰੇ ਤਾਂ ਦੂਜੀ ਗੱਲ ਕਰੀ ਦੇਵੇਗੀ, ਜੇ ਉਹਨੂੰ ਤੁਸੀਂ ਮਾਰਿਆ ਤਾਂ ਜਿਹੜਾ ਅੰਦਰ ਹੈਗਾ ਸਤਿਗੁਰੂ ਰੂਹ ਹੈਗੀ ਉਹਨੂੰ ਮਾਰਿਆ ਨਾ, ਅਤੇ ਉਹਨੂੰ ਮਾਰਿਆ ਤਾਂ ਪਾਪ ਬ੍ਰਹਮ ਨੂੰ ਮਾਰਿਆ। ਇਸ ਕਰਕੇ ਸਿੱਖ ਦਾ ਕੋਈ ਬੈਰੀ ਨਹੀਂ ਹੁੰਦਾ, ਨਾ ਕੋਈ ਬੈਰੀ ਨਾ ਹੈ ਬਗਾਨਾ, ਅਤੇ ਕਿਰਪਾਨਾਂ ਕਾਹਤੋਂ ਰੱਖੀਆਂ ਗੁਰਦੁਆਰੇ 'ਚ, ਕਿਹਦੇ ਮਾਰਨੀਆਂ ਨੇ, ਇੱਥੋਂ ਪਤਾ ਲੱਗਦਾ ਕਿ ਕਿੰਨੀ ਕੁ ਤੁਹਾਡੇ 'ਚ ਕਿੰਨੀ ਕੁ ਤੁਹਾਡੇ 'ਚ ਹੈਗੀ ਸੁਰਤੀ ਹੈਗੀ। ਦੁਰਮਤ ਨਾਲ ਤਾਂ ਭਰੇ ਹੋਏ ਤੁਹਾਡੇ ਮਨ, ਹਰ ਇੱਕ ਕਹਿੰਦਾ ਆਪਣੀਆਂ ਆਪਣੀਆਂ ਤਾਰੀਫਾਂ ਕਰਦਾ, ਮੈਂ ਬਣਿਆ ਪ੍ਰਧਾਨ, ਮੈਂ ਬਣਿਆ ਪ੍ਰਧਾਨ। ਇਹ ਜਿਹੜਾ ਹੁੰਦਾ ਪਾਰ ਬ੍ਰਹਮ 'ਚ ਤੁਸੀਂ ਸੇਵਾਦਾਰ ਬਣਨਾ ਹੈਗਾ। ਥਾਨ ਥਨੱਤਰ ਸੱਚਾ ਸੋਏ, ਨਾਨਕ ਸੱਚ ਜਿਆਏ, ਸਦ ਹੀ ਅੰਤਰ ਜਾਮੀ ਜਾਣੋ ਜੀਓ। ਨਾਨਕ ਸੱਚ ਧਿਆਏ, ਜਿਹੜਾ ਆਦਮੀ ਨਾ ਕਹਿੰਦਾ ਵੀ ਸੱਚ ਅੰਦਰ ਧਿਆਉਂਦਾ ਹੈਗਾ, ਸਦ ਹੀ ਅੰਤਰਜਾਮੀ, ਉਹਦੇ ਅੰਦਰ ਅੰਤਰਜਾਮੀ ਖੁਦ ਹੀ ਹੈਗਾ ਹਮੇਸ਼ਾ। ਜਾਣੋ ਜੀਓ, ਉਹਦੇ ਅੰਦਰ ਤੁਸੀਂ ਇਹ ਜਾਣੋ ਕਿ ਉਹਦੇ ਅੰਦਰ ਅੰਤਰਜਾਮੀ ਹੈਗਾ, ਜਿੱਦਾਂ ਕਿ ਭਗਤ ਕਬੀਰ ਜੀ ਕਹਿੰਦੇ ਮੇਰੇ ਤੇ ਰਾਮ ਵਿੱਚ ਕੋਈ ਫਰਕ ਨਹੀਂ ਹੈਗਾ, ਉਹਦੇ 'ਚ ਅੰਤਰਜਾਮੀ ਰਾਮ ਸੀਗਾ, ਰਾਮ ਹੁੰਦਾ ਜਿਹੜਾ ਰਮ ਰਿਹਾ ਅੰਦਰ, ਰਾਮ ਦਾ ਚੰਦ ਜਿਹੜਾ ਹੈਗਾ ਉਹ ਰਾਮ ਚੰਦਰ ਹੈਗਾ, ਰਾਮ ਚੰਦਰ ਜਿਹੜਾ ਸੀ ਉਹ ਇੱਕ ਪ੍ਰੋਫਿਟ ਸੀਗਾ, ਪ੍ਰੋਫਿਟ ਜਿਹੜੇ ਹੁੰਦੇ ਉਹ ਰਿਫਲੈਕਸ਼ਨ ਹੁੰਦੇ ਨੇ, ਇੱਦਾਂ ਹੈਗਾ ਨਾ ਇਹਦਾ ਆਹ ਰਾਮ ਚੰਦਰ ਹੈਗਾ ਜੌਨ ਦੀ ਬਾਪਟਿਸਟ, ਅਤੇ ਸਾਰੇ ਪ੍ਰੋਫਿਟ ਇੱਥੇ ਆਏ, ਮੋਜੇਜ ਵਗੈਰਾ ਸਭ ਇੱਥੇ ਆ ਜਾਂਦੇ ਨੇ। ਆਹ ਜਿਹੜਾ ਰਾਮ ਹੈਗਾ, ਰਾਮ ਇਹਨੂੰ ਕਹਿ ਲਓ ਜਾਂ ਪਾਰ ਬ੍ਰਹਮ, ਇਹ ਆਹ ਬ੍ਰਹਮਾ ਜੀ ਮਾਇਆ ਹੈਗੀ, ਆਹ ਪਾਪ ਬ੍ਰਹਮ ਦੀ ਹੈਗੀ, ਪਾਪ ਬ੍ਰਹਮ ਦੀ ਮਾਇਆ ਭਗਤ ਹੈਗੇ ਨੇ, ਸ਼ਬਦ ਹੈਗਾ ਉਹਦਾ, ਸ਼ਬਦ ਜਿਹੜਾ ਉਹ ਉਹਦੀ ਮਾਇਆ ਹੈਗੀ, ਜਿੰਨੇ ਸ਼ਬਦ ਗਾਓਗੇ ਓਨੀ ਮਾਇਆ ਉਹ ਤੁਹਾਨੂੰ ਹੋਰ ਦੇਵੇਗਾ। ਤੇ ਇਸ ਕਰਕੇ ਤੁਸੀਂ ਜਿਹੜਾ ਹੈਗਾ ਮਤਲਬ ਇੱਕ ਹੈਗਾ ਪਾਪ ਬ੍ਰਹਮ, ਇੱਕ ਹੈਗਾ, ਦੋ ਨਹੀਂ ਹੈਗੇ। ਆਹ ਜਿਹੜੇ ਇੰਟਰਫੇਥ ਵਗੈਰਾ ਕਰਦੇ ਨੇ ਇਹ ਮਨ ਦੇ ਅੰਨੇ ਹੈਗੇ ਨੇ। ਇੰਟਰਫੇਥ ਹੁੰਦੀ ਜੇ ਤੁਹਾਡੇ ਦੋ ਫੇਥਾਂ ਹੋਣ ਜਾਂ ਚਾਰ ਫੇਥਾਂ ਹੋਣ। ਇਹਨਾਂ ਨੇ ਚਰਚ ਬਣਾਏ, ਕੋਈ ਚਰਚ ਆਫ ਇੰਗਲੈਂਡ, ਜਿੱਥੇ ਜਿਹੜੇ ਸੋਲਜਰ ਜਿਹੜੇ ਮਾਰਦੇ ਨਾ ਉਹਨਾਂ ਨੂੰ ਕਹਿੰਦੇ ਗਲੋਰੀਫਾਈਡ ਗੋਡ, ਦੋ ਸੋਲਜਰ ਹੂ ਡਾਈਡ ਇਨ ਵਰਲਡ ਵਾਰ ਵਨ ਵਰਲਡ ਵਾਰ ਟੂ, ਦੇ ਸੇ ਦੈਟ ਦੇ ਗਲੋਰੀਫਾਈ ਗੋਡ। ਇਹ ਵੀ ਕੋਈ ਗੋਡ ਦਾ ਗਲੋਰੀਫਾਈ ਹੈਗਾ। ਸਾਲਵੇਸ਼ਨ ਆਰਮੀ ਜਿਹੜੇ ਸੇਵਾ ਕਰਦੇ ਲੋਕਾਂ ਦੀ,
ਉਹ ਕਿਰਪਾਨ ਨਹੀਂ ਚੱਕਦੇ, ਗੋਲੀ ਨਹੀਂ ਮਾਰਦੇ ਕਿਸੇ ਨੂੰ, ਹੈਲਪਰ ਹੁੰਦੇ ਨੇ ਉੱਥੇ। ਉਹ ਕਹਿੰਦੇ ਆਵਰ ਜਿਹੜੇ ਸੋਲਜਰ ਸੀਗੇ ਉਹ ਡਾਈਡ ਫਾਰ ਕਿੰਗ ਐਂਡ ਕੰਟਰੀ, ਉਹ ਤਾਂ ਠੀਕ ਹੈਗਾ। ਅਤੇ ਇਹ ਹੈਗਾ ਦੁਨੀਆ 'ਤੇ ਅੰਧ ਪਾਉਣਾ। ਅਤੇ ਇਸ ਕਰਕੇ ਕੋਈ ਕੋਈ ਵਿਰਲਾ ਹੀ ਜਿਹੜਾ ਹੁੰਦਾ ਆਦਮੀ ਸੁਜਾਖਾ ਹੁੰਦਾ ਹੈਗਾ, ਉਹੀ ਨਾਮ ਪਾਉਂਦਾ ਹੈਗਾ। ਅੱਗੇ ਹੁਣ ਤੁਹਾਡੀ ਮਰਜ਼ੀ, ਅਤੇ ਜੱਟ ਦਾ ਗੱਡਾ ਨਹੀਂ ਅੜਿਆ ਹੋਇਆ, ਅਤੇ ਜੋ ਕਰੋਗੇ ਸੋ ਕਰੋਗੇ। ਹੁਣ ਜਿਹੜੇ ਹਾਲਾਤ ਹੈਗੇ ਬਹੁਤ ਖਤਰਨਾਕ ਹੈਗੇ ਨੇ, ਅਗਲੇ ਸਾਲ ਐਟੋਮਿਕ ਵਾਰ ਲੱਗਣ ਦਾ ਅੰਦੇਸ਼ਾ ਹੈਗਾ। 14 ਮਈ 2023 ਨੂੰ ਜਦੋਂ ਇਜ਼ਰਾਈਲ 75 ਸਾਲ ਦਾ ਹੋਇਆ ਉਦੋਂ ਐਟੋਮਿਕ ਵਾਰ ਲੱਗਣ ਦਾ ਹੈਗਾ ਖਤਰਾ, ਅਤੇ ਇਜ਼ਰਾਈਲ ਆਪਣਾ 76ਵਾਂ ਸਾਲ ਨਹੀਂ ਦੇਖੇਗਾ, 76th birthday ਨਹੀਂ ਦੇਖੇਗਾ। ਅਤੇ ਇਹ ਹੈਗਾ, ਤੁਸੀਂ ਆਪੇ ਅੰਦਾਜ਼ਾ ਲਾ ਲਓ, ਆ ਜਿਹੜਾ ਪੁਟਿਨ ਕਰ ਰਿਹਾ ਹੈਗਾ ਇਹ ਠੀਕ ਕਰ ਰਿਹਾ ਹੈਗਾ। ਜਿਹੜੇ ਬਲੇਅਰ ਐਂਡ ਬੁਸ਼ ਸੀਗੇ ਇਹਨਾਂ ਨੇ ਕਿਹਾ ਸੈਡਮ ਹੁਸੈਨ ਕੋਲ ਹੈਗੇ ਨੇ ਵੈਪਨ ਆਫ ਮਾਸ ਡਿਸਟਰਕਸ਼ਨ, ਅਤੇ ਉਹਦੇ ਕੋਲ ਕੁਛ ਨਹੀਂ ਸੀਗਾ, ਕੁਛ ਨਹੀਂ ਨਿਕਲਿਆ, ਐਵੇਂ ਕੂੜ ਬੋਲਿਆ ਉਹਨਾਂ ਨੇ। ਹੁਣ ਕੂੜ ਜਿਹੜਾ ਹੁੰਦਾ ਉਹ ਮਾਫ ਨਹੀਂ ਹੁੰਦਾ, ਉਹਨੂੰ ਚੰਗੀ ਕੁੱਟ ਪੈਂਦੀ ਹੈਗੀ। ਅਤੇ ਪੁਟਿਨ ਜਿਹੜਾ ਹੈਗਾ ਉਹਦੇ 'ਚ ਜਿਹੜੇ ਮੁਲਕ ਹੈਗੇ ਉਹਨਾਂ 'ਚ ਕੋਈ ਤਾਜਿਕਸਤਾਨ ਹੈਗਾ, ਕੋਈ ਉਜ਼ਬਕਿਸਤਾਨ ਹੈਗਾ, ਲੋਕਾਂ ਨੂੰ ਆਪਣੇ ਕਬੀਲੇ ਦਾ ਬਹੁਤ ਅਹਿਸਾਸ ਹੈਗਾ। ਇਸੇ ਕਰਕੇ ਚਚਨੀਆਂ 'ਚ ਉਹਨਾਂ ਨੇ ਸ਼ੁਰੂ ਕੀਤਾ ਸੀ ਮੁਸਲਿਮ ਬ੍ਰਦਰਹੁੱਡ, ਉਹ ਲੋਕਲ ਆਦਮੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ, ਵੀ ਇਹ ਕਿ ਤੁਸੀਂ ਕੀ ਕਰਨ ਲੱਗੇ ਹਾਂ, ਵੀ ਸਾਡੇ 'ਚ ਤਫਰਕਾ ਪਾਉਣ ਲੱਗੇ। ਇਜਿਪਟ 'ਚ ਮੋਰਸੀ ਸੀਗਾ, ਉਹ ਪ੍ਰੈਜੀਡੈਂਟ ਬਣ ਗਿਆ। ਉੱਥੇ ਜਿਹੜਾ ਹੈਗਾ ਟ੍ਰਾਈਬਲ ਇੰਸਟਿੰਕਟ ਬਹੁਤ ਹੈਗਾ, ਅਤੇ ਉਹਨਾਂ ਨੇ ਵੀ ਉਹਨੂੰ ਜੇਲ੍ਹ 'ਚ ਪਾ ਕੇ ਉੱਥੇ ਹੀ ਮਾਰਿਆ। ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗੇਗਾ ਜੇ ਤੁਸੀਂ ਓਪਨ ਮਾਈਂਡਿਡ ਹੋਵੋਗੇ। ਜੇ ਤੁਸੀਂ ਆਪਣਾ ਦਿਮਾਗ ਆਪਣੇ ਖਿੜਕੀ ਲਾ ਲਈ ਨਾ, ਆਪਣੇ ਬਲਾਈਂਡ ਫੋਲਡਿਡ ਹੋ ਗਿਆ ਨਾ ਜਿੱਦਾਂ, ਅਤੇ ਤਦ ਖੋਪੇ ਲਾ ਲਿਆ, ਅਤੇ ਫਿਰ ਤੁਹਾਨੂੰ ਕੁਛ ਨਹੀਂ ਨਜ਼ਰ ਆਏਗਾ, ਬਸ ਉਹੀ ਨਜ਼ਰ ਆਏਗਾ ਜਿਹੜਾ ਸਾਹਮਣੇ ਨਜ਼ਰ ਆਉਂਦਾ, ਆਲੇ ਪਾਲੇ ਦਾ ਕੁਛ ਨਹੀਂ ਪਤਾ ਲੱਗਣਾ। ਅੱਗੇ ਤੁਹਾਡੀ ਮਰਜ਼ੀ।